ਪ੍ਰੋਗਰਾਮ ਮਸਲੇ ਦੇ ਅੱਜ ਦੇ ਐਪੀਸੋਡ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅੱਜ ਇੱਕ ਵਾਰੀ ਫੇਰ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਉਸ ਮੁੱਦੇ ਉੱਤੇ ਜੋ ਕਿ ਇਸ ਵਕਤ ਸਿੱਖ ਪੰਥਕ ਹਲਕਿਆਂ ਦੇ ਵਿੱਚ ਕਾਫੀ ਚਰਚਾਵਾਂ ਦਾ ਵਿਸ਼ਾ ਹੈਗਾ। ਸਹਿਜਧਾਰੀ ਜਿਹੜੇ ਸਿੱਖ ਹੈਗੇ ਨੇ ਉਹ ਵੋਟਿੰਗ ਰਾਈਟਸ ਦੀ ਮੰਗ ਕਰਦੇ ਆਏ ਨੇ। 2003 ਦੇ ਕੇਂਦਰ ਸਰਕਾਰ ਦੇ ਇੱਕ ਨੋਟੀਫਿਕੇਸ਼ਨ ਦੇ ਖਿਲਾਫ ਮਾਮਲਾ ਹਾਈਕੋਰਟ ਦੇ ਵਿੱਚ ਹੈ ਅਤੇ ਹੁਣ ਸੁਪਰੀਮ ਕੋਰਟ ਵਿੱਚ ਵੀ ਪਹੁੰਚ ਚੁੱਕਾ ਹੈਗਾ। ਲੇਕਿਨ ਜਿਹੜਾ ਮੁੱਢਲਾ ਮੁੱਦਾ ਜੋ ਕਿ ਇਸ ਵਕਤ ਜ਼ਿਆਦਾ ਵਿਚਾਰਿਆ ਜਾ ਰਿਹਾ ਹੈਗਾ ਉਹ ਰਾਜਸੀ ਸਾਜਿਸ਼ਾਂ ਦਾ ਹੈਗਾ। ਕਿਸ ਤਰੀਕੇ ਨਾਲ ਹਾਈਕੋਰਟ ਅਤੇ ਪਾਰਲੀਮੈਂਟ ਨੂੰ ਗੁੰਮਰਾਹ ਕੀਤੇ ਜਾਣ ਦੀਆਂ ਗੱਲਾਂ ਬਾਤਾਂ ਚਰਚਾਵਾਂ ਵਿੱਚ ਰਹੀਆਂ ਹੈਗੇ ਨੇ, ਉਸ ਦੇ ਵਿੱਚ ਕਿਸ ਦੀ ਕੀ ਭੂਮਿਕਾ ਰਹੀ, ਇਹ ਵੱਖਰਾ ਇਸ਼ੂ ਹੈਗਾ। ਲੇਕਿਨ ਅੱਜ ਦੀ ਸਾਡੀ ਚਰਚਾ ਹੋਣ ਜਾਰੀ ਹੈਗੀ ਹੈ ਕਿ ਆਖਰ ਸਹਿਜਧਾਰੀਆਂ ਨੂੰ ਜੇ ਵੋਟਿੰਗ ਰਾਈਟ ਨਹੀਂ ਦਿੱਤੇ ਜਾ ਰਹੇ ਤਾਂ ਉਸ ਵਿੱਚ ਗਲਤ ਕੀ ਹੈਗਾ। ਜੇ ਕੇਸਧਾਰੀ ਵੋਟਰ ਲਗਭਗ 56 ਲੱਖ ਦੇ ਆਸ ਪਾਸ ਉਹ ਵੋਟਰ ਜੋ ਕਿ 18 ਸਤੰਬਰ ਨੂੰ SGPC ਦੀ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਮਤਦਾਨ ਕਰਨਗੇ, ਜੇ ਉਹਨਾਂ ਨੂੰ ਉਹ ਰਾਈਟ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਸਰੂਪ ਦੇ ਚੱਲਦਿਆਂ, ਉਹਨਾਂ ਦੇ ਸਰੂਪ ਦੇ ਕਾਰਨ ਇੱਕ ਅਹਿਮ ਕੰਡੀਸ਼ਨ ਜੋ ਕਿ ਦਿੱਤੀ ਗਈ ਹੈ ਵੱਖ ਵੱਖ ਗੁਰਦੁਆਰਾ ਐਕਟ ਤੋਂ ਲੈ ਕੇ ਰਹਿਤ ਮਰਿਆਦਾਵਾਂ ਦੇ ਵਿੱਚ, ਇਸ ਹਾਲਾਤ ਦੇ ਵਿੱਚ ਸਹਿਜਧਾਰੀਆਂ ਦਾ ਇਹ ਮੰਗ ਜਾਂ ਇਹ ਅਧਿਕਾਰ ਅਸਰਟ ਕਰਨਾ ਵੀ ਉਹਨਾਂ ਨੂੰ ਵੀ ਰਾਈਟ ਮਿਲਣਾ ਚਾਹੀਦਾ ਵੋਟਿੰਗ ਦਾ, ਇਹ ਕਿਸ ਹੱਦ ਤੱਕ ਵਾਜਿਬ ਹੈਗਾ। ਸਾਡੇ ਨਾਲ ਕੁਝ ਖਾਸ ਮਹਿਮਾਨ ਇਸ ਸਟੂਡੀਓ ਵਿੱਚ ਚਰਚਾ ਵਿੱਚ ਜੁੜ ਰਹੇ ਹੈਗੇ ਨੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਵਾ ਦਿੰਦੇ ਹਾਂ ਤੁਹਾਡੀ, ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਦੇ ਨਾਲ, ਐਡੀਟਰ ਸੰਤ ਸਿਪਾਹੀ ਅਖਬਾਰ, ਉੱਗੇ ਸਿੱਖ ਚਿੰਤਕ ਅਤੇ ਵਿਸ਼ਲੇਸ਼ਕ ਇੰਟਲੈਕਚੁਅਲ। ਦੂਸਰੇ ਸਾਡੇ ਬੇਹੱਦ ਖਾਸ ਮਹਿਮਾਨ ਸੀਨੀਅਰ ਐਡਵੋਕੇਟ ਦਿੱਲੀ ਹਾਈਕੋਰਟ ਦੇ HS ਫੂਲਕਾ ਸਾਹਿਬ, ਜੋ ਕਿ ਸਿੱਖ ਪੰਥਕ ਮੁੱਦਿਆਂ 'ਤੇ ਵੀ ਆਪਣੀ ਇੱਕ ਵਿਵਾਹ ਕਰਾਏ ਰੱਖਦੇ ਹੈਗੇ ਨੇ। ਪਰਮਜੀਤ ਸਿੰਘ ਰਾਣੂ ਸਾਹਿਬ ਸਾਡੇ ਤੀਸਰੇ ਬੇਹੱਦ ਖਾਸ ਮਹਿਮਾਨ ਹੈਗੇ, ਜੋ ਕਿ ਪ੍ਰਧਾਨ ਹੈਗੇ ਨੇ ਸਹਿਜਧਾਰੀ ਸਿੱਖ ਪਾਰਟੀ ਦੇ। ਇਹ ਉਹ ਪਾਰਟੀ ਹੈਗੀ ਜੋ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਵੀ ਸਹਿਜਧਾਰੀਆਂ ਦੇ ਸਿੱਖਾਂ ਲਈ ਕੇਸ ਲੜ ਰਹੀ ਹੈ, ਮੁਕਦਮੇ ਲੜ ਰਹੀ ਹੈਗੇ। ਬਹੁਤ ਬਹੁਤ ਸਵਾਗਤ ਹੈ ਸਾਡੇ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਮੈਂ ਕਰਨਾ ਚਾਹਾਂਗਾ ਰਾਣੂ ਸਾਹਿਬ ਤੋਂ। ਰਾਣੂ ਸਾਹਿਬ, ਕਿਉਂਕਿ ਹੁਣ ਸੁਪਰੀਮ ਕੋਰਟ ਪਹੁੰਚ ਗਏ, ਰਾਣੂ ਸਾਹਿਬ ਹਾਈਕੋਰਟ ਦੇ ਵਿੱਚ 13 ਸਤੰਬਰ ਦੀ ਕਾਰਵਾਈ ਹੋਣ ਜਾ ਰਹੀ ਸੀਗੀ, ਤੁਸੀਂ ਪਹਿਲਾਂ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਤਾ, ਕਿਤੇ ਨਾ ਕਿਤੇ ਡਰ ਵੀ ਸੀਗਾ ਤੁਹਾਨੂੰ, ਕਿਉਂ ਤੁਸੀਂ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਸੀ ਹਾਈਕੋਰਟ ਦਾ ਮਾਮਲਾ ਹਾਈਕੋਰਟ ਦੇ ਵਿੱਚ ਸੁਣਵਾਈ ਹੋਵੇ, ਉਸ ਤੋਂ ਪਹਿਲਾਂ ਤੁਸੀਂ ਸੁਪਰੀਮ ਕੋਰਟ ਜਾ ਬੈਠੇ ਹੋ, ਬੇਵਸਾਏ ਲੱਗ ਰਹੇ ਹੋ ਇਸ ਗੱਲ ਨੂੰ ਲੈ ਕੇ? ਬਿਲਕੁਲ, ਅਸੀਂ ਤਾਂ 2003 ਤੋਂ ਮਾਨਯੋਗ ਪੰਜਾਬ 'ਤੇ ਰਹਿਣਾ ਹਾਈਕੋਰਟ ਦੇ ਉੱਪਰ ਆਸ ਰੱਖੀ ਬੈਠੇ ਸੀ। ਐਕਚੁਅਲੀ ਜਦੋਂ ਸਾਨੂੰ ਇੰਨੀ ਦੇਰ ਤੋਂ ਇਨਸਾਫ਼ ਨਹੀਂ ਮਿਲਿਆ ਅਤੇ ਹੁਣ ਜਦੋਂ ਸਾਨੂੰ ਇਨਸਾਫ਼ ਮਿਲਿਆ ਵੀ, ਅਤੇ 1 ਸਪਟੰਬਰ ਨੂੰ ਸਾਡੇ ਹੱਕ 'ਚ ਇੱਕ ਫੈਸਲਾ ਆਇਆ, ਉਸ ਤੋਂ ਬਾਅਦ ਫਿਰ ਉਹਦੇ 'ਤੇ ਰਾਜਨੀਤੀ ਹੋ ਗਈ ਔਰ ਕਿਹਾ ਗਿਆ ਕਿ ਸਾਡਾ ਬਿਆਨ ਹੀ ਨਹੀਂ ਸੀ, ਕੇਂਦਰ ਸਰਕਾਰ ਨੇ ਆਪਣੇ ਜਿਹੜੇ ਹੈ ਬਿਆਨ ਬਦਲੇ। ਤੋ ਇਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਇਹ ਨਜ਼ਰ ਆਇਆ ਕਿ ਇੱਥੇ ਇੱਕ ਰਾਜਨੀਤੀ ਚੱਲ ਰਹੀ ਹੈ ਕਿ ਡਿਲੇ ਟੈਕਟਿਸ ਹੈ ਇਹਦੇ ਪਿੱਛੇ, ਔਰ ਇਸ ਕਰਕੇ ਅਸੀਂ ਕਿਹਾ ਵੀ ਕਿਤੇ ਇਲੈਕਸ਼ਨਾਂ ਨਾ ਹੋ ਜਾਣ ਔਰ ਸਾਡਾ ਵੋਟਿੰਗ ਰਾਈਟ ਜਿਹੜਾ 7 ਸਾਲ ਸਾਨੂੰ ਪਹਿਲਾਂ ਡਿਨਾਈ ਹੋਇਆ ਅੱਗੋਂ ਫਿਰ 7 ਸਾਲ ਲਈ ਚਲਾ ਜਾਏ, 14 ਸਾਲ ਅਸੀਂ ਲਟਕਦੇ ਨਾ ਰਹੇ ਜੀ। ਇਸ ਲਈ ਅਸੀਂ ਸੁਪਰੀਮ ਕੋਰਟ ਕੋਲ ਜਾ ਕੇ ਗੁਹਾਰ ਲਾਈ। ਕੇਸ ਲੜਦੇ ਆ ਰਹੇ ਹੋ, ਅੱਜ ਤਾਂ ਤੁਹਾਨੂੰ ਰਾਜਸੀ ਕੁਆਟਰਸ ਤੋਂ ਵੀ ਮਦਦ ਮਿਲ ਰਹੀ ਹੈ, ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਵੀ ਸਹਿਜਧਾਰੀਆਂ ਦੇ ਅਸੀਂ ਤਾਂ ਵਕੀਲ ਕਰਾ ਕੇ ਦੇਣ ਨੂੰ ਤਿਆਰ ਹੈਗੇ। ਅਸੀਂ ਸਵਾਗਤ ਕਰਦੇ ਹਾਂ, ਅਸੀਂ ਧੰਨਵਾਦੀ ਹਾਂ ਕਿ ਕੋਈ ਮਾਈ ਦਾ ਲਾਲ ਤਾਂ ਸਾਡੇ ਮਗਰ ਖੜਨ ਨੂੰ ਤਿਆਰ ਹੋਇਆ, ਕਿਉਂਕਿ ਪਾਰਟੀਆਂ ਤਾਂ ਸਾਰੀਆਂ ਦੇ ਵਿੱਚ ਹੀ ਸਿੱਖ ਬੈਠੇ ਨੇ, ਜ਼ਰੂਰੀ ਨਹੀਂ ਕਿ ਅਕਾਲੀ ਦਲ 'ਚ ਹੀ ਸਿੱਖ ਨੇ। ਪਰ ਅਨਫੋਰਚੁਨੇਟਲੀ ਮੈਨੂੰ ਇੱਕ ਗੱਲ ਦਾ ਥੋੜ੍ਹਾ ਜਿਹਾ ਦੁੱਖ ਹੁੰਦਾ ਕਿ ਜਦੋਂ ਇਹਨੂੰ ਪੋਲੀਟਿਸਾਈਜ਼ ਕੀਤਾ ਜਾਂਦਾ ਮੈਟਰ ਨੂੰ, ਇਟਸ ਅ ਰਿਲੀਜੀਅਸ ਮੈਟਰ, ਔਰ ਸਾਡਾ ਜਿਹੜਾ ਕਾਰਨ ਹੈ ਜੋ ਅਸੀਂ ਮਤਲਬ ਕਿ ਮੁੱਦੇ ਨੂੰ ਲੈ ਕੇ ਚੱਲੇ ਹਾਂ, ਉਹ ਤਾਂ 2003 ਤੋਂ ਲਟਕ ਰਿਹਾ ਮਾਮਲਾ, ਔਰ ਅੱਜ ਜੇ ਕੋਈ ਸਾਨੂੰ ਜ਼ਰੂਰਤ ਹੈ, ਉਹ ਜ਼ਰੂਰਤ ਹੈ ਇਹਨੂੰ ਲੀਗਲੀ ਔਰ ਇਹਨੂੰ ਰਿਲੀਜੀਅਸਲੀ ਗੱਲ ਨੂੰ ਸਮਝਣ ਦੀ, ਇਸ ਮੁੱਦੇ ਦੇ ਫੈਕਟਸ ਐਂਡ ਫਿਗਰਸ ਨੂੰ ਸਮਝ ਕੇ ਕੌਮ ਨੂੰ ਪ੍ਰੋਪਰਲੀ ਇੱਕ ਰਸਤਾ ਮਤਲਬ ਕਿ ਇਹਦੇ ਬਾਰੇ ਜਿਹੜਾ ਸੋਚ ਕੇ ਕੱਢਣ ਦੀ ਲੋੜ ਹੈ, ਬੰਦ ਕਮਰੇ 'ਚ ਬੈਠ ਕੇ ਇਸ ਮੁੱਦੇ ਨੂੰ ਵਿਚਾਰਨ ਦੀ। ਫੂਲਕਾ ਸਾਹਿਬ, ਜੋ ਰਾਣੂ ਸਾਹਿਬ ਨੇ ਇਹ ਗੱਲ ਕਹੀ ਆ ਕਿ 13 ਕਿ ਉਦੋਂ ਬਾਅਦ ਜੇਕਰ ਇਹ ਇਲੈਕਸ਼ਨ ਹੋ ਗਏ 18 ਨੂੰ ਅਤੇ ਉਸ ਤੋਂ ਬਾਅਦ ਸਾਡਾ ਕੋਈ ਹੱਕ ਨਹੀਂ ਰਹਿੰਦਾ, ਫਿਰ 7 ਸਾਲ ਬਾਅਦ 5 ਸਾਲ ਬਾਅਦ ਫਿਰ ਚਲਾ ਜਾਏਗਾ, ਇਹ ਨਾ ਬੜੇ ਗਲਤ ਇੰਪ੍ਰੈਸ਼ਨ ਨੇ ਸਭ ਇਹ। ਮੈਂ ਆਮ ਤੌਰ 'ਤੇ ਹੋਰ ਕਈਆਂ ਲੋਕਾਂ ਨਾਲ ਵੀ ਇਹ ਗੱਲ ਕੀਤੀ ਹੈ ਔਰ ਉਹਨਾਂ ਨੇ ਵੀ ਕਿਹਾ ਜੀ ਕਿ 18 ਨੂੰ ਇਲੈਕਸ਼ਨ ਹੋ ਗਏ ਜੀ, ਬਸ ਉਸ ਤੋਂ ਬਾਅਦ ਤਾਂ 5 ਸਾਲ ਵਾਸਤੇ ਹੋ ਗਿਆ, ਇਹ ਗੱਲ ਗਲਤ ਆ। ਅਗਰ ਹਾਈਕੋਰਟ ਨੇ ਕਿਸੇ ਵੀ ਸਟੇਜ ਦੇ ਉੱਤੇ ਇਹ ਨੋਟੀਫਿਕੇਸ਼ਨ ਨੂੰ ਕੁਐਸ਼ ਕਰ ਦਿੱਤਾ, ਇਹ ਨੋਟੀਫਿਕੇਸ਼ਨ ਨੂੰ ਹਾਈਕੋਰਟ ਨੇ ਕਿਸੇ ਵੀ ਸਟੇਜ ਦੇ ਉੱਤੇ ਰੱਦ ਕਰ ਦਿੱਤਾ, ਤਾਂ ਹਾਈਕੋਰਟ ਨਾਲ ਦੀ ਨਾਲ ਇਹ ਕਹਿ ਸਕਦੀ ਆ ਕਿ ਹੁਣ ਫਰੈਸ਼ ਵੋਟਰ ਲਿਸਟਾਂ ਬਣ ਕੇ ਇਲੈਕਸ਼ਨ ਇਮੀਡੀਏਟਲੀ ਕਰਾਏ ਜਾਣ, ਦੁਬਾਰਾ ਕਰਾਏ। ਜਿਹੜੇ ਇਲੈਕਸ਼ਨ ਹੋਣਗੇ ਉਹ ਇਲੈਕਸ਼ਨ ਨੂੰ ਹਾਈਕੋਰਟ ਰੱਦ ਕਰ ਸਕਦੀ ਆ, ਕਿਉਂਕਿ ਹਾਈਕੋਰਟ ਨੇ ਕਿਹਾ ਵਾ ਕਿ ਇਹ ਇਲੈਕਸ਼ਨ ਸਬਜੈਕਟ ਟੂ ਦਿਸ ਪਟੀਸ਼ਨ ਆ। ਇਸ ਕਰਕੇ ਇਹ ਮਾਮਲਾ ਹੁਣ ਜਿਹਨੂੰ ਅਸੀਂ ਕਹਿੰਦੇ ਹਾਂ ਮੈਰਿਟ 'ਤੇ, ਉਹ ਮੈਰਿਟ 'ਤੇ ਹਾਈਕੋਰਟ ਡਿਸਾਈਡ ਕਰੇਗੀ ਕਿ ਨੋਟੀਫਿਕੇਸ਼ਨ ਜਿਹੜੀ ਹੈ ਇਹ ਕਾਨੂੰਨੀ ਤੌਰ ਦੇ ਉੱਤੇ ਗਲਤ ਆ ਜਾਂ ਕਾਨੂੰਨੀ ਤੌਰ ਦੇ ਉੱਤੇ ਨੋਟੀਫਿਕੇਸ਼ਨ ਸਹੀ ਆ। ਜੀ ਜੀ ਲਾਂਬਾ ਸਾਹਿਬ, ਇੱਥੇ ਨੁਕਤੇ ਦੀ ਗੱਲ ਤੇ ਆਪਾਂ ਆ ਜਾਈਏ। ਮੁੱਦਾ ਤਾਂ ਇਹ ਵੀ ਸਹਿਜਧਾਰੀ ਸਿੱਖ ਭਾਈਚਾਰਾ ਕਹਿ ਰਿਹਾ ਵੀ ਸਾਨੂੰ ਵੋਟਿੰਗ ਦਾ ਰਾਈਟ ਦਿੱਤਾ ਜਾਵੇ ਜੀ। ਉਸ ਹਾਲਾਤ ਦੇ ਵਿੱਚ 2003 ਦੇ ਵਿੱਚ ਨੋਟੀਫਿਕੇਸ਼ਨ ਵਿਦਡਰਾਅ ਹੋਇਆ ਸੀ, ਸਮਝ ਵਿੱਚ ਆ ਰਿਹਾ ਸੀ ਵੀ 2003 ਤੋਂ ਪਹਿਲਾਂ ਸਹਿਜਧਾਰੀਆਂ ਕੋਲ ਵੋਟਿੰਗ ਦਾ ਰਾਈਟ ਸੀਗਾ, ਜਿਸ ਨੂੰ ਨੋਟੀਫਿਕੇਸ਼ਨ ਵਿਦਡਰਾਅਲ ਦੇ ਜ਼ਰੀਏ ਉਸ ਨੂੰ ਉਲਟ ਕਰਤਾ ਗਿਆ ਫੈਸਲੇ ਨੂੰ। ਕੀ ਆਪਾਂ ਇਹਨਾਂ ਦੇ ਜਿਹੜੇ ਕੰਟੈਂਸ਼ਨ ਹੈਗੇ ਆ, ਰਾਈਟ ਹੈਗਾ, ਉਸ ਨੂੰ ਜੇ ਆਪਾਂ ਥੋੜਾ ਜਿਹਾ ਮੈਰਿਟ ਦੇ ਉੱਤੇ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਹਦੇ ਵਿੱਚ ਕੁਝ ਵਜ਼ਨ ਤੁਸੀਂ
ਧਾਰਮਿਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1938, 1945, 1947, 1953, 1973 ਦੇ ਵਿੱਚ ਇਹ ਕਲੀਅਰ ਕੀਤਾ ਕਿ 1947 ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਫੀ ਗਿਣਤੀ ਵਿੱਚ ਸਹਿਜਧਾਰੀ ਹੁੰਦੇ ਸੀ, ਪਰ 1947 ਦੇਸ਼ ਦੀ ਵੰਡ ਦੇ ਬਾਅਦ ਹਾਲਾਤ ਇੱਦਾਂ ਹੋਏ ਕਿ ਵਰਚੁਅਲੀ ਹੁਣ ਕੋਈ ਸਹਿਜਧਾਰੀ ਨਹੀਂ ਰਹਿ ਗਿਆ। ਜਿਹੜੇ ਸਹਿਜਧਾਰੀ ਸਨ ਉਹ ਜਾਂ ਤਾਂ ਸਿੱਖ ਬਣ ਗਏ, ਅੰਮ੍ਰਿਤ ਛੱਕ ਲਿਆ, ਜਾਂ ਉਹ ਮੁੜ ਹਿੰਦੂਇਜ਼ਮ ਵਿੱਚ ਜਜ਼ਬ ਹੋ ਗਏ। ਹੁਣ ਪੰਜਾਬ ਦੇ ਵਿੱਚ ਕੋਈ ਸਹਿਜਧਾਰੀ ਨਹੀਂ ਹੈ। ਇਸ ਪਟੀਸ਼ਨ ਦੇ ਉੱਤੇ ਇਹ ਖਦਸ਼ਾ ਹੈ ਕਿ ਗੈਰ ਸਿੱਖ ਹਿੰਦੂ ਜਾਂ ਨੌਨ ਸਿੱਖ ਜਿਹੜੇ ਹੈ ਉਹ ਇਹਦੀ ਆੜ ਥੱਲੇ ਉਹ ਫਿਰ ਗੁਰਦੁਆਰਾ ਵਿੱਚ ਵੋਟਰ ਬਣਨਗੇ, ਇਸ ਕਰਕੇ ਇਸ ਲੂਪਹੋਲ ਨੂੰ ਪਲੱਗ ਕੀਤਾ ਜਾਏ। ਭਾਰਤ ਸਰਕਾਰ ਨੇ ਇਸ ਕੰਟੈਂਸ਼ਨ ਨੂੰ ਮੰਨ ਕੇ ਇਸੇ ਬਿਨਾਂ ਦੇ ਉੱਤੇ 2003 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਨਾਂ ਨੇ ਮੰਨਿਆ ਕਿ ਕੋਈ ਵੀ ਸਹਿਜਧਾਰੀ ਨਹੀਂ ਹੈਗਾ। ਹੁਣ ਰਾਣੂ ਸਾਹਿਬ, ਹਾਂਜੀ, ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ, ਮੈਂ ਉਹੀ ਦੱਸਣ ਲੱਗਾ, ਸਹਿਜਧਾਰੀ ਸਿੱਖ ਨਹੀਂ ਹੈਗੇ, ਮੈਂ ਦੱਸ ਰਿਹਾ। ਹੁਣ ਰਾਣੂ ਸਾਹਿਬ ਦਾ ਇਹ ਕਹਿਣਾ ਬੜਾ ਅੱਛਾ ਹੈ ਕਿ ਅਸੀਂ ਸਹਿਜਧਾਰੀਆਂ ਦੇ ਹੱਕਾਂ ਲਈ ਲੜਾਂਗੇ, ਭਾਵੇਂ ਇੱਕ ਵੀ ਸਹਿਜਧਾਰੀ ਪੂਰੇ ਪੰਜਾਬ ਵਿੱਚ ਉਹਦੇ ਲਈ ਲੜਨ ਕੋਈ ਹਰਜ ਨਹੀਂ, ਪਰ ਜੇ ਇਹ ਅਗਰ ਆਪਣੇ ਵਰਗਿਆਂ ਨੂੰ ਜਾਂ ਆਪਣੇ ਆਪ ਨੂੰ ਅਗਰ ਸਹਿਜਧਾਰੀ ਕਹਿਣਗੇ, ਇਹ ਮੇਰਾ ਖਿਆਲ ਹੈ ਧਰਮ ਨਾਲ, ਸਮਾਜ ਨਾਲ, ਕਾਨੂੰਨ ਨਾਲ, ਆਪਣੇ ਨਾਲ ਇਸ ਤੋਂ ਵੱਡਾ ਫਰਾਡ ਔਰ ਧੋਖਾ ਨਹੀਂ ਹੋ ਸਕਦਾ। ਤੁਸੀਂ ਕਹਿ ਰਹੇ ਵੀ ਸਹਿਜਧਾਰੀ ਨਹੀਂ ਹੈਗੇ ਨੇ? ਨਹੀਂ, ਮੈਂ ਨਹੀਂ ਕਹਿ ਰਿਹਾ, ਮੈਨੂੰ ਕਹਿਣ ਦੀ ਲੋੜ ਨਹੀਂ ਗੀ। ਇਹਨਾਂ ਦੇ ਕੋਲ ਜਿਹੜੇ ਵੀ ਪੇਪਰਸ ਹੈ ਉਹ ਭਾਵੇਂ ਸਿੱਖ ਰਹਿਤ ਮਰਿਆਦਾ ਹੈ, ਭਾਵੇਂ ਉਹ ਗੁਰਦੁਆਰਾ ਐਕਟ ਹੈ, ਭਾਵੇਂ ਉਹ ਜਿਹੜੀ ਸਹਿਜਧਾਰੀ ਦੀ ਪਰਿਭਾਸ਼ਾ ਹੈ ਜਿਹੜੀ ਗੁਰਦੁਆਰਾ ਐਕਟ ਦੇ ਵਿੱਚ ਹੈ, ਉਹ ਨੋਟੀਫਿਕੇਸ਼ਨ ਉਹ ਜਿਸ ਨੂੰ ਵਾਪਸ ਲੈਣਾ ਚਾਹੁੰਦੇ ਆ, ਉਹ ਫਾਰਮ ਜਿਸ ਨੂੰ ਇਹ ਰਿਵਾਈਵ ਕਰਾਉਣਾ ਚਾਹੁੰਦੇ ਆ। ਅਗਰ ਜੇ ਤੁਸੀਂ ਇਜਾਜ਼ਤ ਦਿਓ ਮੈਂ ਫਾਰਮ ਦੇ ਵਿੱਚੋਂ ਜਿਸ ਅਗਰ ਦੱਸ ਦਿਆਂ, ਉਹਦੇ ਵਿੱਚੋਂ ਵੀ ਕੀ ਨੇ ਤੁਹਾਡੇ ਸਾਹਮਣੇ ਜੇ ਸਹਿਜਧਾਰੀ ਨਹੀਂ ਹੈ ਤਾਂ? ਮੈਂ ਇਹਨਾਂ ਬਾਰੇ ਤੁਹਾਡਾ ਪੁੱਛ ਲੈਣਾ। ਮੈਂ ਦੋ ਗੱਲਾਂ ਬੜੀਆਂ ਸਿੰਪਲ ਹੈ। ਸਹਿਜਧਾਰੀ ਉਹ ਹੁੰਦਾ ਜਿਹੜਾ ਕਿ ਕਿਸੇ ਗੈਰ ਸਿੱਖ ਦੇ ਘਰ ਜਨਮ ਲੈ ਕੇ, ਮੋਨੇ ਦੇ ਘਰ ਜਨਮ ਲੈ ਕੇ ਅਗਰ ਸਿੱਖ ਬਣਦਾ ਉਹ ਸਿੱਖ ਹੈ, ਉਹ ਸਹਿਜਧਾਰੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਸਿੱਖ ਰਹਿਤ ਮਰਿਆਦਾ ਕਹਿ ਰਹੀ ਹੈ, ਇਹ ਗੁਰਦੁਆਰਾ ਐਕਟ ਕਹਿ ਰਿਹਾ, ਇਹ ਸਾਰੇ ਜਿਹੜੇ ਵੀ ਮਤੇ ਹੈ ਉਹ ਕਹਿ ਰਹੇ ਹੈ, ਗੁਰੂ ਸਾਹਿਬ ਦੇ ਹੁਕਮਨਾਮੇ ਕਹਿ ਰਹੇ ਹੈ ਕਿ ਅਗਰ ਉਹ ਕੋਈ ਗੈਰ ਸਿੱਖ ਦੇ, ਅਗਰ ਇਹਨਾਂ ਦੇ ਪੇਰੈਂਟਸ ਅਗਰ ਉਹ ਮੋਨੇ ਹੈ ਅਤੇ ਫਿਰ ਅਗਰ ਇਹ ਸਹਿਜੇ ਸਿੱਖੀ ਵੱਲ ਆ ਰਹੇ ਹੈ, ਜ਼ਰੂਰ ਸਹਿਜਧਾਰੀ ਕਿਹਾ ਜਾ ਸਕਦਾ। ਪਰ ਇੱਕ ਵਾਰੀ ਜਦੋਂ ਸਹਿਜਧਾਰੀ ਹੋ ਜਾਂਦਾ, ਇੱਕ ਵਾਰੀ ਸਹਿਜਧਾਰੀ ਬਣ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ, ਉਹਨਾਂ ਮੁਤਾਬਕ ਉਸ ਦਿਨ ਤੋਂ ਬਾਅਦ ਉਹ ਜਿਹੜੀ ਉਸਤਰੇ ਦੀ ਧਾਰ ਨਹੀਂ ਲਾ ਸਕਦਾ, ਉਹ ਸਹਿਜੇ ਸਿੱਖੀ ਵੱਲ ਆਏਗਾ। ਇਹਨੂੰ ਇਹ ਅਗਰ ਉਹ ਜਿਹੜੀ ਤਸਵੀਰ ਵੀ ਜਿਹੜੀ ਹੈਗੀ ਹੈ ਭਾਈ ਕਾਨ ਸਿੰਘ ਜੀ ਨੇ ਮਹਾਨ ਕੋਸ਼ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਬੜਾ ਸਾਫ਼ ਹੈ, ਮੇਰੇ ਕਹਿਣ ਨਾਲ, ਇਹਨਾਂ ਦੇ ਕਹਿਣ ਨਾਲ, ਸਰਕਾਰ ਦੇ ਕਹਿਣ ਨਾਲ ਨਹੀਂ ਹੋਏਗਾ। ਗੁਰੂ ਗੋਬਿੰਦ ਸਿੰਘ ਜੀ ਦਾ ਲਿਖਤੀ ਹੁਕਮਨਾਮਾ ਹੈ ਕਿ ਸਹਿਜਧਾਰੀ ਵੀ ਜਿਹੜਾ ਹੈ ਉਸ ਤਰ੍ਹਾਂ ਨਾ ਲਾਏ, ਚਿਹਰਾ ਮੇਰਾ ਗੁਰੂ ਦਾ ਹੈ। ਅਗਰ ਕਿਸੇ ਨੇ ਚਿਹਰੇ ਨੂੰ ਅਗਰ ਉਸ ਤਰ੍ਹਾਂ ਲਗਾ ਲਿਆ, ਟ੍ਰਿਮਿੰਗ ਕਰ ਲਈ, ਸ਼ੇਵਿੰਗ ਕਰ ਲਈ, ਉਹ ਸਹਿਜਧਾਰੀ ਕਿਸੇ ਰੂਪ ਵਿੱਚ ਨਹੀਂ ਹੋ ਸਕਦਾ। ਫੋਟੋ ਦੇ ਵਿੱਚ ਜੋ ਇਹ ਕਹਿ ਰਹੇ ਨੇ ਵੀ ਤੁਸੀਂ ਖੁਦ ਜੋ ਕਿ ਸਹਿਜਧਾਰੀ ਫੈਡਰੇਸ਼ਨ ਜਾਂ ਪਾਰਟੀ ਦੇ ਪ੍ਰਧਾਨ ਹੋ, ਇਹ ਕਹਿ ਰਹੇ ਨੇ ਤੁਸੀਂ ਪਤਿਤ ਹੋ, ਦੈਟਸ ਵਟ ਹੀ ਇਜ਼ ਟ੍ਰਾਇੰਗ ਟੂ ਮੀਨ, ਤੁਸੀਂ ਇਸ ਨੂੰ ਕਹਿਣਾ ਚਾਹੋਗੇ? ਭੰਬਲਭੂਸਾ ਲੋਕਾਂ 'ਚ ਹੀ ਬਹੁਤ ਜ਼ਿਆਦਾ ਹੈਗਾ, ਕਨਫਿਊਜ਼ਨ ਹੈ ਵੀ ਸਹਿਜਧਾਰੀ ਹੈ ਕੌਣ, ਆਖਿਰਕਾਰ ਕੌਣ ਲੋਕ ਨੇ ਉਹ ਲੋਕ ਜੋ ਕਿ ਗੈਰ ਸਿੱਖ ਹੁੰਦੇ ਹੋਇਆ ਸਹਿਜੇ ਸਿੱਖੀ ਦਾ ਮਾਰਗ ਲੈ ਰਹੇ ਨੇ? ਦੇਖੋ, ਇਹਨਾਂ ਦੇ ਮੁਤਾਬਕ ਅਸੀਂ ਪਤਿਤ ਹੈ। ਅਗਰ ਇਹਨਾਂ ਮੁਤਾਬਕ ਅਸੀਂ ਪਤਿਤ ਹੈ ਤਾਂ ਮੈਂ ਇਹੀ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ, ਨਾਲ ਸਾਡੇ ਕਾਨੂੰਨ ਦੇ ਮਾਹਿਰ ਬੈਠੇ ਨੇ ਸਰਦਾਰ ਫੂਲਕਾ ਸਾਹਿਬ, ਕਿ ਕੀ ਤੁਸੀਂ ਪਤਿਤ ਨੂੰ ਸਿੱਖ ਮੰਨਦੇ ਹੋ? ਮੇਰੀ ਗੱਲ ਦਾ ਜਵਾਬ ਦੇਣ। ਮੈਂ ਦੇ ਦਿਆਂ? ਨਹੀਂ ਨਹੀਂ, ਪਹਿਲਾਂ ਫੂਲਕਾ ਸਾਹਿਬ ਕਾਨੂੰਨੀ ਰਾਏ ਦੇਣਗੇ ਕਿ ਪਤਿਤ ਨੂੰ ਤੁਸੀਂ ਸਿੱਖ ਮੰਨਦੇ ਹੋ। ਮੈਂ ਤੁਹਾਨੂੰ, ਜੇ ਤੁਸੀਂ ਮੇਰੇ ਕੋਲ ਕਾਨੂੰਨੀ ਰਾਏ ਪੁੱਛ ਰਹੇ ਹੋ ਤਾਂ ਜਿਹੜਾ ਐਕਟ ਆ, ਐਕਟ ਦੇ ਮੁਤਾਬਕ ਸਹਿਜਧਾਰੀ ਦੀ ਡੈਫੀਨੇਸ਼ਨ ਪਤਿਤ ਦੀ, ਮੈਂ ਜਿਹੜੀ ਗੱਲ ਪੁੱਛਦਾ ਮੇਰੇ ਦਾ ਜਵਾਬ ਕੀ ਤੁਸੀਂ ਪਤਿਤ ਨੂੰ ਸਿੱਖ ਮੰਨਦੇ ਹੋ? ਬਸ ਟੂ ਦੀ ਪੁਆਇੰਟ, ਯੈਸ অর ਨੋ? ਮੈਂ ਤੁਹਾਨੂੰ ਉੱਥੇ ਇਸ ਪਤਿਤ ਤੇ ਸਿੱਖ ਹੋ, ਮੈਂ ਤੁਹਾਡੀ ਗੱਲ ਦਾ ਵੀ ਜਵਾਬ ਦਊਂਗਾ, ਮੈਂ ਉੱਥੇ ਆ ਰਿਹਾ। ਸਹਿਜਧਾਰੀ ਦੀ ਜਿਹੜੀ ਡੈਫੀਨੇਸ਼ਨ ਆ ਉਹਦੇ ਵਿੱਚ ਲਿਖਿਆ ਵਾ ਐਕਟ ਦੇ ਵਿੱਚ, ਹੂ ਇਜ਼ ਨੋਟ ਏ ਪਤਿਤ, ਐਗਰੀਡ, ਜੋ ਪਤਿਤ ਨਹੀਂ ਹੈ। ਤੋਂ 2003 ਤੋਂ ਜਿਹੜੀ ਪਹਿਲਾਂ ਪੋਜੀਸ਼ਨ ਸੀ ਉਦੋਂ ਵੀ ਜੋ ਸਹਿਜਧਾਰੀ ਵੋਟਰ ਜੋ ਪਤਿਤ ਤੇ, ਮਤਲਬ ਕਿ ਜਿਹੜੇ ਸਿੱਖ ਹੋ ਕੇ ਦਾੜੀ ਕਿਸ ਕੱਟੇ ਆ, ਉਹ ਉਦੋਂ ਵੀ ਵੋਟ ਨਹੀਂ ਸੀ ਕਰ ਸਕਦਾ, ਉਹ ਪਤਿਤ ਸੀਗਾ। ਤੋਂ ਆਪਾਂ ਇਹ ਜੇ ਇਹ ਮੈਂ ਹੁਣੇ ਰਾਣੂ ਸਾਹਿਬ ਨੂੰ ਕਹਿ ਰਿਹਾ ਸੀ ਕਿ ਜੇ ਨੋਟੀਫਿਕੇਸ਼ਨ ਵਾਪਸੀ ਹੋ ਗਈ ਤੁਸੀਂ ਫਿਰ ਵੀ ਵੋਟ ਨਹੀਂ ਕਰ ਸਕਦੇ? ਨਹੀਂ, ਮੈਂ ਇਸੇ ਫਿਰ ਤਾਂ ਪਹਿਲੀ ਆ ਗਈ ਨਾ, ਹੁਣ ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੰਦਾ। ਹੁਣ ਜਿਹੜੀ ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੰਦਾ, ਉਹ ਕੋਈ ਕਾਨੂੰਨੀ ਰਾਏ ਨਹੀਂ ਹੈ, ਉਹ ਮੇਰੀ ਐਜ ਏ ਸਿੱਖ ਨਿੱਜੀ ਰਾਏ ਹੈ।
ਔਰ ਇਸੇ ਬਾਰੇ ਮੈਂ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਔਰ ਅਕਾਲ ਤਖਤ ਸਾਹਿਬ ਨੂੰ ਮੈਂ ਕਿਹਾ ਕਿ ਸਿੱਖ ਇੱਕ ਧਰਮ ਹੈ ਔਰ ਕੋਰਟ ਕਚਹਿਰੀਆਂ ਪਾਰਲੀਮੈਂਟ ਇੱਕ ਕਾਨੂੰਨੀ ਡੈਫੀਨੇਸ਼ਨ ਦੇ ਸਕਦੀਆਂ ਔਰ ਇੱਕ ਧਰਮ ਦੀ ਡੈਫੀਨੇਸ਼ਨ ਸਿਰਫ ਧਾਰਮਿਕ ਆਗੂ ਦੇ ਸਕਦੇ ਆ ਨਾ ਕੋਰਟ ਕਚਹਿਰੀਆਂ ਨਾ ਕੋਈ ਸਿਆਸੀ ਆਗੂ ਉਹ ਦੇ ਨਹੀਂ ਸਕਦੇ ਨਾ ਹੀ ਉਹਨਾਂ ਨੂੰ ਦੇਣੀ ਚਾਹੀਦੀ ਹੈ ਮੈਂ ਅਕਾਲ ਤਖਤ ਸਾਹਿਬ ਨੂੰ ਇਸੇ ਕਰਕੇ ਬੇਨਤੀ ਕੀਤੀ ਹੈ ਕਿ ਇੱਕ ਬਹੁਤ ਹੀ ਜ਼ਿਆਦਾ ਨਾਜ਼ੁਕ ਮਾਮਲਾ ਹੈ ਔਰ ਇਸ ਕਰਕੇ ਅਕਾਲ ਤਖਤ ਸਾਹਿਬ ਇਹਦੇ 'ਤੇ ਫੈਸਲਾ ਲੈਣ ਸਿੰਘ ਸਾਹਿਬਾਂ ਨੂੰ ਨਾਲ ਕੰਸਲਟ ਕਰਕੇ ਨਾਲ ਸਾਰੀ ਕੌਮ ਨੂੰ ਕਹਿਣ ਕੇ ਆਪਣੇ ਆਪਣੇ ਬਿਆਨ ਭੇਜੋ ਜਿਹਨੇ ਵਿਚਾਰ ਭੇਜੋ ਅਕਾਲ ਤਖਤ ਦੇ ਪੱਖੋਂ ਤਾਂ ਉਹ ਚੀਜ਼ਾਂ ਸੈੱਟ ਨਹੀਂ ਮੈਂ ਉੱਥੇ ਆ ਰਿਹਾ ਨਹੀਂ ਰਹਿਤ ਮਰਿਆਦਾ ਨਹੀਂ ਮੈਂ ਉੱਥੇ ਆ ਰਿਹਾ ਜਿਹੜੀ ਚੀਜ਼ ਭੇਜਿਆ ਜਿਹੜਾ ਇੱਥੇ ਕਨਫਿਊਜ਼ਨ ਬਹੁਤ ਜ਼ਿਆਦਾ ਹੋ ਗਿਆ ਜਿਹੜਾ ਕਨਫਿਊਜ਼ਨ ਹੋ ਗਿਆ ਜਿਹੜੀ ਚੀਜ਼ ਸਮਝ ਨਹੀਂ ਜਾ ਰਹੀ ਉਹਦੇ ਕਰਕੇ ਜਿਹੜਾ ਕਨਫਿਊਜ਼ਨ ਹੋ ਗਿਆ ਮੈਂ ਨਾਲ ਆਪਣਾ ਇਹ ਵਿਚਾਰ ਦਿੱਤਾ ਕਿ ਜੋ ਵੀ ਕੋਈ ਆਪਣੇ ਆਪ ਨੂੰ ਸਿੱਖ ਸਮਝਦਾ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੋ ਗੁਰੂਆਂ ਨੂੰ ਮੰਨਦਾ ਉਹਨੂੰ ਸਿੱਖ ਖਾਣੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਉਹਨੂੰ ਪੂਰਾ ਹੱਕ ਆਪਣੇ ਆਪ ਨੂੰ ਸਿੱਖ ਸਮਝੇ ਨਾ ਉਹਨੂੰ ਕੋਈ ਪਾਠ ਕਰਨ ਨੂੰ ਰੋਕੇ ਨਾ ਉਹਨੂੰ ਕੋਈ ਗੁਰਦੁਆਰੇ ਜਾਣ ਨੂੰ ਰੋਕੇ ਨਾ ਉਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਨੂੰ ਰੋਕੇ ਕੋਈ ਨਹੀਂ ਕੋਈ ਨਾ ਰੋਕਦਾ ਨਾ ਹੀ ਕੋਈ ਰੋਕ ਸਕਦਾ ਚਾਹੇ ਉਹ ਪਤਿਤ ਹੋਣ ਚਾਹੇ ਜਿਸ ਮਾਲ ਹਾਲ 'ਚ ਮਰਜ਼ੀ ਆ ਕੋਈ ਨਹੀਂ ਰੋਕ ਰਿਹਾ ਠੀਕ ਹੈ ਠੀਕ ਔਰ ਦੂਜੀ ਅਗਰ ਪਰ ਜੇਕਰ ਉਹਨਾਂ ਨੇ ਕੋਈ ਬੈਨੀਫਿਟ ਲੈਣਾ ਕੋਈ ਵੀ ਫਾਇਦਾ ਲੈਣਾ ਸਿੱਖ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਰਹਿਤ ਬਚਾਉਣਾ ਪਏਗਾ ਅਧਿਕਾਰ ਮੰਗ ਰਹੇ ਹੋ ਜੇ ਤੁਸੀਂ ਉਹ ਅਧਿਕਾਰ ਲੈਣਾ ਜੇ ਤੁਸੀਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣੀਆਂ ਜਾਂ ਕੋਈ ਸਿੱਖ ਹੋਣ ਦੇ ਨਾਤੇ ਕੋਈ ਵੀ ਅਧਿਕਾਰ ਲੈਣਾ ਤਾਂ ਰਹਿਤ ਵਿੱਚ ਆਓ ਮੇਰਾ ਸਵਾਲ ਇੰਨਾ ਸੀ ਕਿ ਕੀ ਪਤਿਤ ਨੂੰ ਸਿੱਖ ਮੰਨਿਆ ਜਾਂਦਾ ਹੈ ਕਿ ਨਹੀਂ ਇਹਨਾਂ ਦੇ ਅਨੁਸਾਰ ਪਤਿਤ ਇਜ਼ ਨੋਟ ਏ ਸਿੱਖ ਅਦਾਲਤ ਦੇ ਅਨੁਸਾਰ ਪਤਿਤ ਇਜ਼ ਨੋਟ ਏ ਸਿੱਖ ਡੈਫੀਨੇਸ਼ਨ ਜੋ ਵੀ ਡਿਕਸ਼ਨਰੀ ਮੀਨਿੰਗ ਆ ਉਹਦੇ ਮੁਤਾਬਕ ਵੀ ਪਤਿਤ ਇਜ਼ ਨੋਟ ਏ ਸਿੱਖ ਅਗਰ ਪਤਿਤ ਸਿੱਖ ਨਹੀਂ ਹੈ ਸਾਨੂੰ ਪਤਿਤ ਕਹਿ ਕੇ ਧਰਮ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਤਾਂ 80% ਆਫ ਦੀ ਵਰਲਡ ਸਿੱਖ ਪਾਪੂਲੇਸ਼ਨ ਜਿਹੜੀ ਆ 80% ਲੋਕ ਸਿੱਖ ਧਰਮ ਦੇ ਵਿੱਚੋਂ ਗੈਰ ਸਿੱਖ ਹੋ ਜਾਣਗੇ ਗੁਰਲੀਨ ਕੌਰ ਦੀ ਜਿਹੜੀ ਜੱਜਮੈਂਟ ਆ ਮੇਰੇ ਸਾਹਮਣੇ ਪਈ ਹੈ ਇਹਦੇ ਅਨੁਸਾਰ ਜਿਹੜੀ ਨਵੀਂ ਪਰਿਭਾਸ਼ਾ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਇਹਨਾਂ ਸਾਰੀ ਸਿੱਖ ਜਥੇਬੰਦੀਆਂ ਨੇ ਬਣਵਾ ਲਈ ਅਦਾਲਤ ਦੇ ਵਿੱਚੋਂ ਔਰ ਇਹ ਜੱਜਮੈਂਟ ਬਣ ਗਈ ਇਹ 'ਚ ਡੈਫੀਨੇਸ਼ਨ ਆ ਗਈ ਇਹਦੇ ਉੱਪਰ ਕੋਈ ਕਿੰਤੂ ਨਹੀਂ ਕਰ ਪਾ ਰਿਹਾ ਉਹਦੇ ਤਹਿਤ ਕੇਸਾਧਾਰੀ ਹੋਣਾ ਸਹਿਜਧਾਰੀ ਸਿੱਖ ਲਈ ਬਹੁਤ ਜ਼ਰੂਰੀ ਹੈ ਐਗਰੀਡ ਔਰ ਨਾਲ ਉਹਦੇ 'ਚ ਇਹ ਵੀ ਹੈਗਾ ਕਿ ਜਿਹੜਾ ਸਹਿਜਧਾਰੀ ਆ ਉਹ ਵੀ ਕੇਸਾਧਾਰੀ ਹੋਵੇਗਾ ਪਰ ਪਹਿਲਾਂ ਇਹ ਨਹੀਂ ਸੀ ਇਹ ਪਹਿਲਾਂ ਨਹੀਂ ਸੀ ਪਹਿਲਾਂ ਕਲੀਨ ਸ਼ੇਵਨ ਵੀ ਜਿਹੜੇ ਸੀ ਉਹ ਸਹਿਜਧਾਰੀ ਸਨ ਪਰ ਇਸ ਡੈਫੀਨੇਸ਼ਨ ਦੇ ਮੁਤਾਬਕ ਕੇਸਾਧਾਰੀ ਹੋਣਾ ਜ਼ਰੂਰੀ ਬਣ ਗਿਆ ਹੈਗਾ ਅੱਜ ਮੈਂ ਇੱਕ ਸਵਾਲ ਕਰਦਾ ਕਿ ਅਗਰ ਕਿਸੇ ਕਾਲਜ ਜਾਂ ਸਕੂਲ ਦੇ ਵਿੱਚ ਐਡਮਿਸ਼ਨ ਦਾ ਟਾਈਮ 'ਤੇ ਅਗਰ ਕੋਈ ਵਿਅਕਤੀ ਹੋਰ ਧਰਮ ਦਾ ਵਿਅਕਤੀ ਕੇਸਾਧਾਰੀ ਹੋ ਕੇ ਆ ਜਾਂਦਾ ਔਰ ਉਹ ਕਹਿੰਦਾ ਕਿ ਮੈਂ ਸਹਿਜਧਾਰੀ ਸਿੱਖ ਹਾਂ ਮੈਨੂੰ ਇੱਥੇ ਐਡਮਿਸ਼ਨ ਦਿਓ ਸਿੱਖ ਬੱਚੇ ਦਾ ਜਿਹਦਾ ਰਾਈਟ ਬਣਦਾ ਸੀ ਉਹਦਾ ਰਾਈਟ ਮਾਰ ਕੇ ਉਹਨੂੰ ਐਡਮਿਸ਼ਨ ਦਿੱਤੀ ਜਾਂਦੀ ਹੈ ਉਹ 5 ਸਾਲ ਡਿਗਰੀ ਕਰਦਾ MBBS ਜਾਂ ਜੋ ਵੀ ਹੈ ਡਿਗਰੀ ਕਰਕੇ ਬਾਹਰ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਕੇਸ ਕਟਾ ਦਿੰਦਾ ਤਾਂ ਰਾਈਟ ਕਿਹਦਾ ਮਾਰੇਗਾ ਜਿਹੜਾ ਬੱਚਾ ਸਿੱਖ ਪਰਿਵਾਰ 'ਚ ਪੈਦਾ ਹੋਇਆ ਅਤੇ ਉਹ ਸੋ ਉਹਨੂੰ ਤਾਂ ਤੁਸੀਂ ਪਤਿਤ ਕਹਿ ਕੇ ਤੁਸੀਂ ਬਾਹਰ ਕਰ ਦਿੱਤਾ ਹੁਣ ਇੱਥੇ ਮੇਰੀ ਸਬਮਿਸ਼ਨ ਇਹ ਸੀ ਕਿ ਸਿੱਖ ਸਿਰਫ 2 ਤਰ੍ਹਾਂ ਦੇ ਆ ਜਿਹੜੇ 5 ਕਕਾਰੀ ਪਿਓਰਿਸਟ ਫੋਰਮ ਹੋ ਗਈ ਪਵਿੱਤਰ ਸਿੱਖ ਨੇ ਉਹ ਹੋ ਗਏ ਅੰਮ੍ਰਿਤਧਾਰੀ ਸਿੰਘ ਅਤੇ ਖਾਲਸਾ ਔਰ ਬਾਕੀ ਸਾਰੇ ਜਿਹੜੇ ਨੇ ਉਹ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਤੇ ਹੋਰ ਉਹਦਾ ਕੋਈ ਧਰਮ ਨਹੀਂ ਕਿਉਂਕਿ ਸੈਕਸ਼ਨ 2-9 ਜਿਹੜਾ ਗੁਰਦੁਆਰਾ ਐਕਟ ਦਾ ਫੂਲਕਾ ਸਾਹਿਬ ਬੈਠੇ ਨੇ ਔਰ ਇਹਨਾਂ ਨੂੰ ਪਤਾ ਕਿ ਸਿੱਖ ਦੀ ਡੈਫੀਨੇਸ਼ਨ ਜਿਹੜੀ ਡਿਫਾਈਨ ਕੀਤੀ ਹੈ ਪਰਸਨ ਨੂੰ ਪ੍ਰੋਫੈਸਰ ਸਿੱਖ ਰਿਲੀਜਨ ਔਰ 10 ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਉਹਦਾ ਕੋਈ ਹੋਰ ਧਰਮ ਨਹੀਂ ਨਾਲ ਲਿਖਿਆ ਉਹ ਐਂਡ ਹੈਜ਼ ਨੋ ਅਦਰ ਰਿਲੀਜਨ ਸਾਡਾ ਕੋਈ ਹੋਰ ਧਰਮ ਨਹੀਂ ਅਤੇ ਅਸੀਂ ਸਿੱਖ ਧਰਮ 'ਚ ਪੈਦਾ ਹੋਏ ਹਾਂ ਜੇ ਜਦ ਸਾਡਾ ਤਾਂ ਕੋਈ ਹੋਰ ਧਰਮ ਨਹੀਂ ਹੈਗਾ ਤਾਂ ਫਿਰ ਅਸੀਂ ਕਿਹੜੇ ਧਰਮ ਦੇ ਲੋਕ ਹੋਏ ਤੁਸੀਂ ਪਤਿਤ ਹੋ ਕੇ ਅਸੀਂ ਪਤਿਤ ਅਖਵਾਣਾ ਚਾਹੁੰਦੇ ਹੋ ਅਗਰ ਅਸੀਂ ਪਤਿਤ ਹੈ ਤਾਂ ਅਸੀਂ ਤਾਂ ਗੈਰ ਸਿੱਖ ਹੋ ਗਏ ਫਿਰ ਸਾਡਾ ਧਰਮ ਕਿਹੜਾ ਲੰਬਾ ਜੀ ਥੋੜਾ ਚਾਨਣਾ ਪਾਓ ਪਤਿਤ ਜਿਵੇਂ ਗੱਲ ਬਾਰ ਬਾਰ ਕਹਿ ਰਹੇ ਨੇ ਮੈਨੂੰ ਨਾ ਬੜੀ ਅਮਿਊਜ਼ਿੰਗ ਜੀ ਸਾਰੀ ਸਿਚੁਏਸ਼ਨ ਬਿਲਕੁਲ ਠੀਕ ਹੈ ਜਿਹੜਾ ਮੇਬੀ ਇਟ ਇਜ਼ ਓਨਲੀ ਰਿਕਾਰਡ ਨਹੀਂ ਬਿਲਕੁਲ ਠੀਕ ਹੈ ਇਟਸ ਓਨ ਰਿਕਾਰਡ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਰਾੜੂ ਸਾਹਿਬ ਜਿਹੜੀ ਤੁਸੀਂ ਦੱਸੀ ਹੈ ਨਾ ਕਿ ਉਹਦੇ ਵਿੱਚ ਉਹੀ ਹੈ ਕਿ ਸਿਰਫ ਉਹ ਜੋ 10 ਗੁਰੂ ਸਾਹਿਬਾਨ ਨੂੰ ਮੰਨਦਾ ਤੇ ਕੋਈ ਧਰਮ ਨਹੀਂ ਅਤੇ ਕੋਈ ਹੋਰ ਧਰਮ ਨਹੀਂ ਬਸ ਇੰਨਾ ਹੀ ਕਹਿ ਰਹੇ ਹੋ ਦਿਸ ਇਜ਼ ਦੀ ਮੇਨ ਪੁਆਇੰਟ ਇੰਨਾ ਨਹੀਂ ਹੈਗਾ ਵਿੱਚੋਂ ਤੁਸੀਂ ਇੱਕ ਲਾਈਨ ਮਿਸ ਕਰ ਗਏ ਹੋ ਉਹਦੇ 'ਚ ਹੈਗਾ ਹੈ ਜੋ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਰਹਿਤ ਮਰਿਆਦਾ ਮੈਂ ਮਰਿਆਦਾ ਦੀ ਗੱਲ ਕਰ ਰਿਹਾ ਬਿਲਕੁਲ ਉਹਦੇ ਵਿੱਚ ਰਹਿਤ ਮਰਿਆਦਾ ਤਾਂ ਸ਼੍ਰੋਮਣੀ ਕਮੇਟੀ ਦੀ ਬਣਾਈ ਹੋਈ ਰਹਿਤ ਮਰਿਆਦਾ ਤੁਸੀਂ ਸ਼੍ਰੋਮਣੀ ਕਮੇਟੀ ਗੁਰਦੁਆਰਾ 1925 'ਚ ਬਣਿਆ ਇਹ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਦੀ ਹੁਣ ਤੁਸੀਂ ਮੈਨੂੰ ਥੋੜਾ ਜਿਹਾ ਕਰ ਸਕਦੇ ਹੋ ਦੇਸ਼ ਆਜ਼ਾਦੀ ਤੋਂ ਬਾਅਦ ਦੀ ਨਹੀਂ ਹੈਗੀ ਹਾਂਜੀ ਹਾਂਜੀ ਇਹਦੇ ਵਿੱਚ ਇਹ ਤੁਸੀਂ ਕਾਨੂੰਨ ਦੀ ਜਿਹੜੀ ਗੱਲ ਕਰ ਰਹੇ ਸੀ ਨਾ ਉਹਦੇ ਵਿੱਚ ਵੀ
ਉਹਦੇ 'ਚ ਇਹ ਲਿਖਿਆ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਸਹਿਜਧਾਰੀ ਸਿੱਖ ਦੀ, ਉਹਦੇ 'ਚ ਲਿਖਿਆ ਪਤਿਤ ਮੀਨਸ ਏ ਪਰਸਨ ਹੂ ਬੀਇੰਗ ਏ ਕੇਸ਼ਾਧਾਰੀ ਸਿੱਖ। ਅਗਰ ਕੇਸ਼ਾਧਾਰੀ ਸਿੱਖ ਹੋ ਕੇ ਟ੍ਰਿਮਸ ਔਰ ਸ਼ੇਵਸ ਇਜ਼ ਬੀਅਰਡ, ਉਹ ਪਤਿਤ ਹੈ। ਹੁਣ ਇਹ ਨਹੀਂ ਕਹਿ ਰਿਹਾ ਕਿ ਸਿੱਖ ਨਹੀਂ ਹੈ, ਸਿੱਖ ਨਹੀਂ ਹੈ। ਮਤਲਬ ਸਵਾਲ ਇਹ ਹੈ, ਮੈਂ ਇਹਨੂੰ ਥੋੜ੍ਹਾ ਜਿਹਾ ਅਗਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਕਿ ਜਿਵੇਂ ਮਿੱਟੀ ਦੇ ਵਿੱਚੋਂ ਭਾਂਡੇ ਬਣਦੇ ਆ, ਇੱਕ ਆਰਟ ਪੀਸ ਬਣਦਾ, ਰੋ ਮਟੀਰੀਅਲ ਹੈ। ਭਾਂਡਿਆਂ ਦੀ ਗਿਣਤੀ ਹਰ ਰਿਵੀਲਡ ਰਿਲੀਜਨ ਮਿਨੋਰਿਟੀਜ਼ ਜਿਹੜੀਆਂ ਉਹਨਾਂ ਦੀ ਗਿਣਤੀ ਘੱਟ ਹੋਏਗੀ, ਪਰ ਜਦੋਂ ਬਣ ਜਾਂਦਾ ਆਰਟ ਪੀਸ ਬਣ ਜਾਂਦਾ, ਉਹਦੇ ਬਾਅਦ ਉਹਨੂੰ ਮਿੱਟੀ ਨਹੀਂ ਕਹਿ ਸਕਦੇ, ਉਹ ਇੱਕ ਬਿਲ ਨਵੀਂ ਚੀਜ਼ ਹੋ ਗਈ ਸਭ। ਮਗਰ ਇਹ ਜਿਹੜਾ ਪ੍ਰੋਸੈਸ ਹੈ ਇਹ ਰਿਵਰਸੇਬਲ ਪ੍ਰੋਸੈਸ ਹੈ, ਇੱਕ ਨਵੀਂ ਚੀਜ਼ ਬਣ ਗਈ। ਇਸੇ ਤਰੀਕੇ ਦੇ ਨਾਲ ਪੁਰਾਣੇ ਰਿਲੀਜਨਸ ਦੇ ਵਿੱਚੋਂ ਜਦੋਂ ਇੱਕ ਸਿੱਖ ਬਣ ਗਿਆ, ਇੱਕ ਵਾਰੀ ਜਦੋਂ ਸਿੱਖ ਬਣ ਗਿਆ, ਉਸ ਤੋਂ ਬਾਅਦ ਉਹ ਮੁੜ ਉਸ ਧਰਮ ਵਿੱਚ ਨਹੀਂ ਜਾਏਗਾ, ਉਹ ਰਹੇਗਾ ਸਿੱਖ। ਤੁਸੀਂ ਕਹਿ ਰਹੇ ਹੋ ਜੇ ਭਾਂਡਾ ਟੁੱਟ ਗਿਆ, ਟੁੱਟ ਗਿਆ, ਅਗਰ ਉਹ ਟੁੱਟ ਵੀ ਜਾਂਦਾ, ਉਹਦੇ ਬਾਅਦ ਉਹ ਐਸਾ ਪ੍ਰੋਸੈਸ ਹੈ, ਉਹਦੇ ਬਾਅਦ ਉਹ ਠੀਕਰੇ ਬਣਨਗੇ। ਇਸੇ ਕਰਕੇ ਧਰਮ ਤੋਂ ਡਿੱਗੇ ਮਨੁੱਖ ਨੂੰ, ਧਰਮ ਤੋਂ ਟੁੱਟੇ ਮਨੁੱਖ ਨੂੰ ਠੀਕਰੇ ਜੋਗਾ ਜਾਂ ਪਤਤ ਜਾਂ ਸਿਰ ਗੁੰਮ ਕਿਹਾ ਗਿਆ ਰਹਿਤਨਾਮਿਆਂ 'ਚ, ਸਿੱਖ ਰਹਿਤ ਮਰਿਆਦਾ 'ਚ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੇ ਵਿੱਚ। ਕਿਉਂਕਿ ਇਹ ਜਿਹੜਾ ਲਫ਼ਜ਼ ਹੈ ਦਾਰ, ਦਾਰ ਦਾ ਅਰਥ ਹੁੰਦਾ ਹੈ ਇੱਜ਼ਤਦਾਰ, ਜਿਹਦੀ ਇੱਜ਼ਤ ਹੈ, ਖੁਦਦਾਰ ਜਿਹਦੀ ਖੁਦੀ ਹੈ, ਵਫ਼ਾਦਾਰ ਜਿਹਦੀ ਵਫ਼ਾ ਹੈ, ਜਿਹਦੇ ਸਿਰ ਦੇ ਉੱਤੇ ਕੇਸ ਹੈ ਉਹ ਸਿਰਦਾਰ ਹੈ। ਇਹ ਸੁਭਾਨ ਤੂੰ ਹੀ ਸਿਰਦਾਰਾ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ। ਗੁਰੂ ਨਾਨਕ ਦੇਵ ਜੀ ਨੇ ਸਿਰ ਗੁੰਮ ਵਰਤਿਆ, ਜਿਹੜੇ ਸਿੱਖ ਦੇ ਸਿਰ ਤੋਂ ਕੇਸ ਲੱਥ ਗਏ ਹੈ ਉਹ ਸਿਰ ਗੁੰਮ ਹੈ, ਉਹਦਾ ਸਿਰ ਗਵਾਚ ਗਿਆ। ਇਹੀ ਲਫ਼ਜ਼ ਰਹਿਤ ਮਰਿਆਦਾ ਵਿੱਚ ਵੀ ਹੈ, ਜਿਹੜਾ ਸਿੱਖ ਕੇਸਾਧਾਰੀ ਹੋ ਕੇ ਵਾਲ ਕਟਾ ਲਵੇ ਉਹ ਸਿਰ ਗੁੰਮ ਹੋ ਗਿਆ। ਇਸ ਤਰੀਕੇ ਦੇ ਨਾਲ ਜੇਕਰ ਸਿੱਖ ਹੋ ਕੇ ਪਤਿਤ ਹੋ ਜਾਂਦਾ ਹੈ, ਟ੍ਰਿਮਿੰਗ ਕਰਦਾ ਹੈ, ਸ਼ੇਵਿੰਗ ਕਰਦਾ ਹੈ, ਉਹ ਹਿੰਦੂ ਨਹੀਂ ਹੈ, ਉਹਨੂੰ ਹਿੰਦੂ ਕਹਿਣਾ ਸਕਦਾ ਆਪਣੇ ਆਪ ਨੂੰ? ਬਿਲਕੁਲ ਨਹੀਂ, ਇਹ ਇਹ ਵਨ ਵੇ ਪ੍ਰੋਸੈਸ ਹੈ। ਸਹਿਜਧਾਰੀ ਮੀਨਸ ਜਿਸ ਤਰ੍ਹਾਂ ਵਨ ਵੇ ਦੂਜੇ ਧਰਮ 'ਚੋਂ ਗੈਰ ਸਿੱਖ ਦੇ ਘਰ ਜਨਮ ਲੈ ਕੇ ਉਹ ਆਪਣੀ ਉਹਨਾਂ 'ਚ ਡੈਫੀਨੇਸ਼ਨਸ ਦਿੱਤੀਆਂ, ਜਿਹੜਾ ਗੈਰ ਸਿੱਖ ਦੇ ਘਰ ਜਨਮ ਲੈਂਦਾ ਆਪਣੀ ਸੰਤਾਨ ਨੂੰ ਸਿੱਖ ਬਣਾਉਂਦਾ, ਔਰ ਉਸ ਤੋਂ ਬਾਅਦ ਇੱਕ ਵਾਰ ਬਣਨ ਤੋਂ ਬਾਅਦ ਉਹ ਸਿੱਖ ਰਹਿਤ ਦੀ ਪਾਲਣਾ ਕਰਦਾ। ਉਸ ਇਹ ਨਹੀਂ ਕਿ ਸਾਰੀ ਉਮਰ ਹੀ ਉਹ ਸਹਿਜਧਾਰੀ ਰਹੇਗਾ, ਸਹਿਜਧਾਰੀ ਮੀਨਸ ਪ੍ਰੋਸੈਸ ਵਿੱਚ ਟੁਰਿਆ, ਹੀ ਇਜ਼ ਔਨ ਵੇ ਟੂ ਸਿੱਖਇਜ਼ਮ। ਇਹ ਨਹੀਂਗਾ ਕਿ ਉਹਦੇ ਉੱਥੇ ਹੀ ਰੁਕ ਗਿਆ, ਉਹਨੂੰ ਸਹਿਜਧਾਰੀ ਨਹੀਂ ਕਿਹਾ ਜਾ ਸਕਦਾ। ਔਰ ਪ੍ਰੈਕਟੀਕਲੀ ਜਿਹੜੀ ਇਹ ਚੀਜ਼ ਨੂੰ, ਜਿਹੜੀ ਇਹ ਪਰਿਭਾਸ਼ਾ ਜਿਹੜੇ ਰਹਿਤਨਾਮਿਆਂ ਦੇ ਵਿੱਚ ਵੀ ਹੈ, ਸੋ ਇਸ ਕਰਕੇ ਉਹਨੂੰ ਹਿੰਦੂ ਕਹਿਣਾ, ਗੈਰ ਸਿੱਖ ਕਹਿਣਾ ਇਹ ਨਿਰਾਦਰੀ ਹੈ, ਇਹ ਪ੍ਰੋਪਰ ਨਹੀਂ ਹੈ। ਜਿਹੜਾ ਕਿਹਨੂੰ, ਜਿਹੜਾ ਪਤਿਤ ਹੈ, ਪਤਿਤ ਨੂੰ ਉਹ ਬਾਰ ਬਾਰ ਵੀ ਪੁੱਛ ਰਿਹਾ, ਪਤਿਤ ਸਿੱਖ ਹੈ? ਬਿਲਕੁਲ ਨਹੀਂ ਹੈ, ਮੈਂ ਕਹਿ ਰਿਹਾ ਸਿੱਖ ਹੈ, ਪਤਿਤ ਸਿੱਖ ਹੈ। ਬਿਲਕੁਲ, ਮੇਰੀ ਗੱਲ ਸੁਣ ਲਓ, ਮੇਰੀ ਦੱਸ, ਮੇਰੀ ਸੁਣ ਲਓ, ਬੈਠਾ ਕਾਨੂੰਨ ਨੂੰ, ਮੈਂ ਕਾਨੂੰਨ ਕਹਿੰਦਾ ਨਹੀਂ ਸਿੱਖ ਹੈਗਾ, ਗੱਲ ਇਹ ਉਹਨਾਂ ਦੇ ਵਿਊਜ਼ ਹੈ, ਮੇਰੇ ਵਿਊਜ਼ ਆਪਣੇ ਹੈ। ਮੈਂ ਤੁਹਾਨੂੰ ਜੋ ਕਿਤਾਬਾਂ, ਮੈਨੂੰ ਦੱਸ ਰਹੇ, ਮੈਂ ਕਿਤਾਬਾਂ ਦੇ ਵਿੱਚੋਂ ਹੀ ਕਹਿ ਰਿਹਾ, ਐਕਟ ਕਹਿੰਦੇ ਆ ਸਾਨੂੰ ਦੱਸੋ, ਮੈਂ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ, ਜੇ ਤੁਸੀਂ ਸਹਿਜਧਾਰੀ ਦੀ ਵੋਟ ਅਧਿਕਾਰ ਖਤਮ ਕਰਾ ਸਕਦੇ ਹੋ ਤਾਂ ਪਤਿਤ ਦੀ ਪਰਿਭਾਸ਼ਾ ਨੂੰ ਐਮੈਂਡ ਕਰਾਓ। ਮੈਂ ਤੁਹਾਨੂੰ ਦੱਸ ਰਿਹਾ ਉਹਦੇ ਲਈ ਕਿਹਾ ਨਾ ਉਹਨਾਂ ਨੇ ਪਤਿਤ ਹੈ ਕਿ ਜਿਹੜਾ ਬੰਦਾ ਸਿੱਖ ਹੋ ਕੇ ਟ੍ਰਿਮਿੰਗ ਸ਼ੇਵਿੰਗ ਕਰ ਲੈਂਦਾ ਉਹ, ਉਹਨੂੰ ਇੱਕ ਐਡੀਸ਼ਨਲ ਕੁਆਲੀਫਿਕੇਸ਼ਨ ਮਿਲ ਗਈ, ਹੀ ਵਿਲ ਬੀ ਨੋਨ ਐਜ਼ ਅ ਪਤਿਤ ਸਿੱਖ, ਨੋਟ ਸਿੱਖ। ਵਰਡ ਪਤਿਤ ਸਿੱਖ, ਆਈ ਵਾਂਟ ਟੂ ਜਸਟ ਕਰੈਕਟ ਯੂ, ਪਤਿਤ ਸਿੱਖ ਕਿੱਥੇ ਲਿਖਿਆ ਮੈਨੂੰ ਦਿਖਾ ਦਿਓ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੋ ਇਹ ਕਹਿ ਰਿਹਾ ਨਾ ਐਕਟ ਨੂੰ ਅਮੈਂਡ ਕਰਾਓ, ਐਕਟ ਨੂੰ ਅਮੈਂਡ ਕਰਨ ਦੀ ਕੋਈ ਲੋੜ ਨਹੀਂ। ਇੱਕ ਜਿੱਥੇ ਵੀ ਐਕਟ ਨੇ ਕਿਹਾ ਉਹਨੇ ਕਿਹਾ ਪਤਿਤ ਨੂੰ ਕੋਈ ਅਧਿਕਾਰ ਨਹੀਂ ਹਨ, ਵੋਟਿੰਗ ਰਾਈਟ ਦੀ ਗੱਲ ਕਰ, ਵੋਟਿੰਗ ਰਾਈਟ ਦੀ, ਜਾਂ ਪਤਿਤ ਨੂੰ ਕੋਈ ਅਧਿਕਾਰ ਨਹੀਂ ਹਨ। ਜੋ ਲਾਂਬਾ ਸਾਹਿਬ ਕਹਿ ਰਿਹਾ ਬਿਲਕੁਲ ਠੀਕ ਕਹਿ ਰਹੇ ਆ, ਪਤਿਤ ਨੂੰ ਕੋਈ ਅਧਿਕਾਰ ਨਹੀਂ ਹਨ, ਇਹ ਕਿਹਾ ਵਾ। ਉਹ ਕਿਤੇ ਵੀ ਇਹ ਨਹੀਂ ਲਿਖਿਆ ਵਾ ਕਿ ਪਤਿਤ ਸਿੱਖ ਨਹੀਂ, ਸਿੱਖ ਦੀ ਡੈਫੀਨੇਸ਼ਨ, ਸਿੱਖ ਦੀ ਡੈਫੀਨੇਸ਼ਨ, ਇੱਕ ਮਿੰਟ, ਪਤਿਤ ਤੁਸੀਂ ਕੋਰਟ ਦੇ ਵਿੱਚ ਸੀਗੇ, ਤੁਸੀਂ ਜਦੋਂ ਆਪਾਂ ਹਾਈ ਕੋਰਟ ਦੇ ਵਿੱਚ ਵੀ ਬਹਿਸ ਸੁਣ ਰਹੇ ਆ ਰਹੇ ਉੱਥੇ ਵੀ ਆ ਰਿਹਾ, ਸਿੱਖ ਦੀ ਜਿੱਥੇ ਡੈਫੀਨੇਸ਼ਨ ਲਿਖੀ ਗਈ ਆ ਉੱਥੇ ਥੱਲੇ ਇਹ ਇਹ ਜੋ ਇਹਨਾਂ ਨੇ ਵੀ ਪੜ੍ਹ ਕੇ ਸੁਣਾਈ ਆ, ਉਹ ਸਿੱਖ ਦੀ ਡੈਫੀਨੇਸ਼ਨ ਦੇ ਵਿੱਚ ਜਿਹੜਾ ਆਉਂਦਾ ਉੱਥੇ ਇਹ ਨਹੀਂ ਲਿਖਿਆ ਵਾ ਕਿ ਹੂ ਇਜ਼ ਏ ਪਤ, ਹੂ ਇਜ਼ ਏ ਪਤਿਤ, ਹੀ ਇਜ਼ ਨੋਟ ਏ ਸਿੱਖ, ਇਹ ਨਹੀਂ ਕਹਿੰਦਾ। ਹਾਂ, ਪਰ ਜਦੋਂ ਉਹਨੂੰ ਐਕਸਕਲੂਡ, ਜਦੋਂ ਸਹਿਜਧਾਰੀ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ, ਸਹਿਜਧਾਰੀ 'ਚ ਬਾਹਰ ਕੱਢਿਆ, ਜਦੋਂ ਵੋਟਿੰਗ ਰਾਈਟ ਦਿੱਤੇ ਆ ਉੱਥੋਂ ਪਤਿਤ ਨੂੰ ਬਾਹਰ ਕੱਢਿਆ। ਇਹ ਜੇ ਹਰਲੀਨ ਕੌਰ ਦੀ ਜੱਜਮੈਂਟ ਦੀ ਵੀ ਜਿਹੜੀ ਗੱਲ ਕਰ ਰਹੇ ਆ, ਹਰਲੀਨ ਕੌਰ ਦੀ ਜੱਜਮੈਂਟ 'ਚ ਫੁੱਲ ਬੈਂਚ ਨੇ, ਜੋ ਅੱਜ ਦੇ ਦਿਨ 'ਚੋਂ ਲਾਅ ਆ, ਅੱਜ ਦੇ ਦਿਨ 'ਚੋਂ ਕਾਨੂੰਨ ਆ, ਉਹਨੂੰ ਕੋਈ ਉਹ ਅਜੇ ਤੱਕ ਮਤਲਬ ਕੋਈ ਹੈ, ਹਾਂਜੀ, ਉਹਦੇ ਵਿੱਚ ਵੀ ਇਹ ਲਿਖਿਆ ਵਾ ਕਿ ਏ ਪਰਸਨ ਹੂ ਡਸ ਨੋਟ ਕੀਪ ਅਨਸ਼ੋਰਨ ਹੇਅਰ, ਮਤਲਬ ਕਿ ਜਿਸਨੇ ਆਪਣੇ ਸਹੀ ਸਲਾਮਤ ਜੋ ਕੇਸ ਨਹੀਂ ਰੱਖੇ ਉਸ ਨੂੰ ਬੈਨੀਫਿਟ ਡਿਨਾਈ ਕੀਤਾ ਜਾ ਸਕਦਾ, ਬੈਨੀਫਿਟ ਡਿਨਾਈ ਕੀਤਾ ਜਾ ਸਕਦਾ, ਉਹਨੂੰ ਉਹਨੂੰ ਗੈਰ ਸਿੱਖ ਨਹੀਂ ਕਿਹਾ ਜਾ ਸਕਦਾ, ਉਹਨੂੰ ਨੌਨ ਸਿੱਖ ਨਹੀਂ ਕਿਹਾ ਜਾ ਸਕਦਾ, ਗੈਰ ਸਿੱਖਾਂ ਵਾਲੀ ਗੱਲ ਹੀ ਨਹੀਂ ਉਹਦੇ 'ਚ, ਬਟ ਉਹਨੂੰ ਪਤਿਤ, ਮਤਲਬ ਕਿ ਉਹਨੂੰ ਮੈਂ ਨਾ ਕਿਤੇ ਐਕਟ ਕਹਿ ਰਿਹਾ, ਲਾਂਬਾ ਸਾਹਿਬ ਵੀ ਇਹਨੇ ਰਹਿਤ ਮਰਿਆਦਾ ਕਿ ਉਹਨੇ ਪੜ੍ਹ ਕੇ ਸੁਣਾਤੀ, ਨਾ ਕਿਤੇ ਰਹਿਤ ਮਰਿਆਦਾ ਕਹਿ ਰਹੀ ਆ
ਕਿ ਤੁਸੀਂ ਮੇਰੇ ਕੋਲ ਸਿੱਖੀ ਤੋਂ ਬਾਹਰ ਕੱਢੇ ਗਏ ਨਾ ਲੇਕਿਨ ਉਹਨਾਂ ਦਾ ਬੇਸ ਬਣ ਰਿਹਾ ਨਾ ਵੀ ਸਾਨੂੰ ਸਿੱਖੀ ਤੋਂ ਬਾਹਰ ਕੱਢਿਆ ਜਾ ਰਿਹਾ ਤੁਸੀਂ ਬੇਸ ਦੇ ਉੱਤੇ ਰਾਈਟ ਕਲੇਮ ਕਰ ਰਹੇ ਹੋ ਹੱਕ ਲੈਣ ਲਈ ਉਹੀ ਉਹ ਗੱਲ ਜਿਹੜੀ ਮੈਂ ਪਹਿਲਾਂ ਕਹੀ ਸੀ ਉਹੀ ਉਹ ਗੱਲ ਆਉਂਦੀ ਹੈ ਗੋਲਕ ਦੇ ਵਿੱਚ ਅਸੀਂ ਪਰ ਅਸੀਂ ਵੋਟ ਨਹੀਂ ਪਾ ਸਕਦੇ ਮੱਥਾ ਤਾਂ ਕ੍ਰਿਸਚੀਅਨ ਵੀ ਆ ਕੇ ਟੇਕ ਸਕਦੇ ਕੋਈ ਵੀ ਟੇਕ ਸਕਦਾ ਹੈ ਮੁਸਲਮਾਨ ਤੁਹਾਨੂੰ ਕਿਸੇ ਨੇ ਤੁਹਾਨੂੰ ਪਹਿਲਾਂ ਕਹਿ ਰਿਹਾ ਤੁਹਾਨੂੰ ਕਿਸੇ ਨੇ ਕਿਹਾ ਜਦੋਂ ਅਸੀਂ ਬਾਹਰ ਨਹੀਂ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਐਂਟਰੀ ਫੀਸ ਦਿਓ ਕਾ ਸਾਹਿਬ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਲੱਗੇ ਜਦੋਂ ਅਸੀਂ ਬਾਹਰਲੇ ਨਹੀਂ ਪਤਿਤ ਲਈ ਇਹਨਾਂ ਨੇ ਇੱਕ ਹੋਰ ਹੈ ਜੇ ਅੰਮ੍ਰਿਤਧਾਰੀ ਪਤਿਤ ਹੋ ਜਾਂਦਾ ਉਹਦੇ ਲਈ ਤਾਂ ਗੇਟ ਖੋਲਤਾ ਕਿ ਉਹ ਆ ਕੇ ਮਾਫੀ ਮੰਗ ਲਵੇ ਭੁੱਲ ਬਖਸ਼ਾ ਲਵੇ ਤਾਂ ਉਹ ਅੰਮ੍ਰਿਤਧਾਰੀ ਦੁਬਾਰਾ ਹੋ ਸਕਦਾ ਬਟ ਅਗਰ ਇੱਕ ਜਿਹੜਾ ਸਿੱਖ ਪਰਿਵਾਰ ਚ ਪੈਦਾ ਹੋਇਆ ਉਹ ਪਤਿਤ ਹੋ ਜਾਏ ਤਾਂ ਉਹਦੇ ਲਈ ਕੋਈ ਗੇਟ ਖੋਲਣਾ ਸੀ ਬਿਲਕੁਲ ਹੈਗਾ ਬਿਲਕੁਲ ਹੈਗਾ ਇਹ ਦੇਖੋ ਤੁਹਾਨੂੰ ਭੁਲੇਖਾ ਜੇ ਹਰ ਵੇਲੇ ਹੈਗਾ ਉਹਦੇ ਵਿੱਚ ਰਾਣੂ ਸਾਹਿਬ ਮੈਂ ਤੁਹਾਨੂੰ ਕਲੀਅਰ ਕਰਦੇ ਆ ਦੋ ਗੱਲਾਂ ਪਲੀਜ਼ ਮਤਲਬ ਉਹਦੇ ਚ ਕੋਈ ਐਸੀ ਗੱਲ ਨਹੀਂ ਆਪਾਂ ਧਾਰਮਿਕ ਤੌਰ ਦੇ ਉੱਤੇ ਕੋਈ ਗਲਤੀ ਨਾ ਕਰ ਜਾਈਏ ਅਗਰ ਅੰਮ੍ਰਿਤ ਜਿਹੜਾ ਪਤਿਤ ਕੌਣ ਹੈ ਪਤਿਤ ਦੀ ਪਰਿਭਾਸ਼ਾ ਹੈ ਕੋਈ ਵੀ ਸਿੱਖ ਅਗਰ ਕੇਸਾਂ ਦੀ ਬੇਦਬੀ ਕਰ ਲਵੇ ਉਹ ਪਤਿਤ ਹੈ ਜਾਂ ਅੰਮ੍ਰਿਤ ਛੱਕਣ ਤੋਂ ਬਾਅਦ ਚਾਰ ਕੁਰੈਤਾਂ 'ਚ ਕੋਈ ਕਰੇ ਉਹ ਪਤਿਤ ਹੈ ਯਾਨੀ ਅਗਰ ਬਿਨਾਂ ਅੰਮ੍ਰਿਤ ਛੱਕਿਆਂ 20 ਕੇਸਾਂ ਦੀ ਬੇਦਬੀ ਕਰਨ ਵਾਲਾ ਪਤਿਤ ਹੈ ਪਤਿਤ ਲਈ ਦਰਵਾਜ਼ੇ ਖੁੱਲ੍ਹੇ ਹੈ ਕਿਸੇ ਕੋਲੋਂ ਰਹਿਤ ਦੀ ਭੁੱਲ ਹੋ ਜਾਏ ਸੰਗਤ ਵਿੱਚ ਜਾ ਕੇ ਉਹਨੂੰ ਪੰਜ ਪਿਆਰਿਆਂ ਕੋਲ ਨਹੀਂ ਜਾਣਾ ਪਏਗਾ ਅਗਰ ਤੁਹਾਨੂੰ ਅੱਜ ਜਾਣਾ ਹੈ ਤੁਹਾਨੂੰ ਅਗਰ ਆਪਣੇ ਆਪ ਨੂੰ ਠੀਕ ਕਰਨਾ ਹੈ ਤੁਹਾਨੂੰ ਪੰਜ ਪਿਆਰਿਆਂ ਕੋਲ ਨਹੀਂ ਜਾਣਾ ਪਏਗਾ ਕਿਉਂਕਿ ਅੰਮ੍ਰਿਤ ਛੱਕਣ ਤੋਂ ਬਾਅਦ ਅਗਰ ਕਰਦਾ ਉਹਨੂੰ ਸਜ਼ਾ ਲੱਗੇਗੀ ਉਹਨੂੰ ਮੁੜ ਦੰਡ ਲੱਗੇਗਾ ਭਾਵੇਂ ਉਹ ਮਹਾਰਾਜ ਰਣਜੀਤ ਸਿੰਘ ਕੋਰੜੇ ਲਾ ਦੇਵੇ ਜੋ ਮਰਜ਼ੀ ਕਰਨ ਪਰ ਜੇਕਰ ਆਮ ਜਿਹੜਾ ਬੰਦਾ ਹੈ ਜਿਹਨੇ ਅਜੇ ਅੰਮ੍ਰਿਤ ਨਹੀਂ ਛੱਕਿਆ ਉਹਦੇ ਕੋਲੋਂ ਪਤਿਤ ਹੋ ਗਿਆ ਤਾਂ ਫਿਰ ਉਹ ਜਾ ਕੇ ਉਹ ਸੰਗਤ ਦੇ ਵਿੱਚ ਪੇਸ਼ ਹੋ ਜਾਏ ਰਹਿਤ ਮਿਰਾਦ ਵਿੱਚ ਕਲੀਅਰ ਲਿਖਿਆ ਔਰ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਨਾ ਬਿਲਕੁਲ ਉਹ ਸਿੱਖ ਹੈ ਅਜੇ ਸਿੱਖੀ ਦੇ ਦਾਇਰੇ ਵਿੱਚ ਹੈ ਗੈਰ ਸਿੱਖ ਨਹੀਂ ਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਹੁਕਮਨਾਮੇ ਜਿਹੜੇ ਰਹਿਤਨਾਮੇ ਉਹਨਾਂ ਦੇ ਹੈਗੇ ਆ ਭਾਈ ਚੌਪਾ ਸਿੰਘ ਛਿੱਬਰ ਦੇ ਰਾਹੀਂ ਜਿਹੜੇ ਲਿਖੇ ਸਿੱਖੀ ਕੇਸਾਂ ਸਵਾਸਾਂ ਕੀ ਰੋਜ਼ ਅਰਦਾਸ ਵਿੱਚ ਵੀ ਆਉਂਦਾ ਸਿੱਖੀ ਕੇਸਾਂ ਸਵਾਸਾਂ ਕੀ ਅਰਦਾਸ ਵੀ ਕਰੀ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ ਯਾਨੀ ਇਹ ਮੇਰੀ ਅਰਦਾਸ ਹੈ ਹਰ ਸਿੱਖ ਦੀ ਭਾਵੇਂ ਉਹ ਪਤਿਤ ਹੈ ਭਾਵੇਂ ਉਹ ਦੂਜਾ ਕਿ ਮੇਰੇ ਅਖੀਰਲੇ ਸਾਹ ਤੱਕ ਮੇਰੀ ਸਿੱਖੀ ਨਿਭ ਜਾਏ ਔਰ ਦੂਜੀ ਕੀ ਹੈ ਰੋਜ਼ ਅਰਦਾਸ ਉਹਨਾਂ ਨੂੰ ਯਾਦ ਕਰੀ ਦੇ ਜਿਹਨਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਕੇਸ ਦਾਨ ਕੇਸਾਂ ਦੀ ਇੱਕ ਦਾਤ ਹੈ ਮੈਂ ਇੱਕ ਛੋਟਾ ਜਿਹਾ ਲਫ਼ਜ਼ ਜ਼ਰੂਰ ਵਰਤਦੇ ਹਾਂ ਇੱਕ ਮੈਨੂੰ ਕਲੀਅਰ ਕਰ ਲੈਣ ਦਿਓ ਕਿਰਪਾਨ ਤਲਵਾਰ ਬਾਜ਼ਾਰੋਂ ਮਿਲ ਜਾਏਗੀ ਕਿਰਪਾਨ ਨਹੀਂ ਮਿਲੇਗੀ ਜਦੋਂ ਗੁਰੂ ਦੀ ਬਖਸ਼ਿਸ਼ ਸਮਝ ਕੇ ਧਾਰਨ ਕਰੇਗਾ ਉਹ ਫਿਰ ਕਿਰਪਾਨ ਹੋਏਗੀ ਵਾਲ ਹਰ ਇੱਕ ਦੇ ਹੋਣਗੇ ਤੁਸੀਂ ਕ੍ਰਿਸਚਨਸ ਦੀ ਗੱਲ ਕੀਤੀ ਮੁਸਲਮਾਨਾਂ ਦੀ ਕੀਤੀ ਆਮ ਬੰਦਿਆਂ ਦੀ ਹੋਈ ਸਾਧੂਆਂ ਦੇ ਹੋਣਗੇ ਉਹਨਾਂ ਨੂੰ ਕੇਸ ਨਹੀਂ ਕਿਹਾ ਗਿਆ ਕਿਧਰੇ ਵੀ ਇਸੇ ਕਰਕੇ ਲਿਖਿਆ ਪੁਰਾਣੇ ਰਹਿਤਨਾਮੇ 'ਚ ਵਾਲਾਂ ਵਾਲੇ ਕਿਸ ਜਿਹੜਾ ਕਿਸੇ ਸਿੱਖ ਨੂੰ ਕੇਸਾਂ ਧਾਰੀ ਨੂੰ ਵਾਲਾਂ ਵਾਲਾ ਨਾ ਕੋ ਵਾਲ ਨਹੀਂ ਹੈਗੇ ਜਦੋਂ ਵਾਲਾਂ ਨੂੰ ਕੇਸ ਸਮਝ ਕੇ ਗੁਰੂ ਦੀ ਬਖਸ਼ਿਸ਼ ਸਮਝ ਕੇ ਧਾਰਨ ਕਰੇਗਾ ਫਿਰ ਉਹ ਕੇਸ ਹੈ ਫਿਰ ਨਹੀਂ ਕੱਟੇ ਜਾਣਗੇ ਫਿਰ ਨਹੀਂ ਕੱਟੇ ਜਾਣਗੇ ਬਿਲਕੁਲ ਉਹ ਜਿਹੜੀ ਹੈਗੀ ਇਸ ਕਰਕੇ ਜਿਹੜਾ ਗੁਰੂ ਸਾਹਿਬ ਦਾ ਹੁਕਮਨਾਮਾ ਜਿਹੜਾ ਉਹ ਦੇਖੋ ਲਫ਼ਜ਼ ਬੜੇ ਧਿਆਨ ਦੇ ਸਿੱਖੀ ਕੇਸਾਂ ਸਵਾਸਾਂ ਕੀ ਜੋ ਸਿੱਖ ਸਹਿਜਧਾਰੀ ਹੋਏ ਕਿ ਚਿਹਰੇ ਦੇ ਰੋਮ ਲਵਾਏ ਸੋ ਵੀ ਤਨਖਾਹੀ ਆ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਇਹ ਚਿਹਰਾ ਮੇਰਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਉਹਨੇ ਚਿਹਰਾ ਮੇਰਾ ਰੂਪ ਹੈ ਅਗਲਾ ਤਾਂ ਬਹੁਤ ਹੀ ਸਖਤ ਹੈ ਜੋ ਮੇਰਾ ਸਿੱਖ ਹੋ ਸੀ ਸੋ ਉਸ ਤਰ੍ਹਾਂ ਨਾ ਲਾਭ ਸੀ ਅਤੇ ਮੇਰੇ ਸਿੱਖ ਨੇ ਜਿਹਾ ਉਸ ਤਰ੍ਹਾਂ ਲਾਇਆ ਅਤੇ ਦਾੜੀ ਮੁੰਨੀ ਅਤੇ ਆ ਧੀ ਨਾਲ ਸੰਗ ਕੀਤਾ ਮਤਲਬ ਰਹਿਤਨਾਮੇ ਸਿੱਖ ਹੈ ਇਹ ਉਹਨੂੰ ਵਾਰ ਵਾਰ ਅਹਿਸਾਸ ਕਰਾਉਣ ਲਈ ਹੈ ਕਿ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਜੇ ਭੁੱਲ ਵੀ ਗਏ ਤੂੰ ਮੁੜ ਆ ਜਾ ਇੱਕ ਨਹੀਂ ਕਿੰਨੇ ਐਗਜ਼ਾਮਪਲਸ ਹੈਗੇ ਆ ਗੁਰੂ ਸਾਹਿਬ ਤਾਂ ਉਹ ਸਾਰੀ ਰਾਤ ਉਹਦੇ ਪਹਿਰੇ ਦੇ ਉੱਤੇ ਖੜ੍ਹੇ ਰਹੇ ਭਾਈ ਜੋਗਾ ਸਿੰਘ ਨੂੰ ਬਚਾਉਣ ਲਈ ਤੂੰ ਮੇਰਾ ਬਣ ਜਾ ਮੈਂ ਤੇਰਾ ਹੈਗਾ ਪਰ ਇਹ ਜਿਹੜੀ ਗੱਲ ਹੈ ਕਿ ਕੇਸਾਂ ਦੇ ਬਿਨਾਂ ਸਿੱਖੀ ਨਹੀਂ ਪਰ ਕੇਸ ਰੱਖ ਲੈਣ ਨਾਲ ਸਿੱਖ ਨਹੀਂ ਬਣਦਾ ਚਲੀ 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 ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੀ ਸਮਾਂ ਮੈਂ ਦੁਬਾਰਾ ਆ ਜਾਵਾਂਗਾ ਕਿਉਂਕਿ ਸਾਡੀ ਆਰਗੂਮੈਂਟ ਤੇਰੀ ਜਿਹੜੀ ਗੱਲਬਾਤ ਹੈ ਕਾਫੀ ਅੰਦਰ ਇਨਡੈਪ ਚਲੀ ਗਈ ਇੱਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਮਸਲੇ ਵੀ ਸਾਡੀ ਗੱਲਬਾਤ ਜਾਰੀ ਹੈਗੀ ਹੈ ਇਸ ਵਕਤ ਰਾਣੂ ਸਾਹਿਬ ਇੱਕ ਵਾਰ ਦੁਬਾਰਾ ਆ ਜਾਂਦੇ ਤੁਸੀਂ ਸੁਣਿਆ ਪਿਛਲੇ ਸੈਗਮੈਂਟ 'ਚ ਕਿ ਕਾਫੀ ਬਰੀਕੀ ਦੇ ਨਾਲ ਇਹ ਕਾਨੂੰਨੀ ਅਤੇ ਯੂ ਨੋ ਇਹਦੀ ਲੀਗਲ ਇੰਪਲੀਕੇਸ਼ਨਸ ਕੀ ਨੇ ਉਹ ਵੱਖਰੀ ਗੱਲ ਹੈ ਲੇਕਿਨ ਧਾਰਮਿਕ ਪੱਖੋਂ ਡੈਫੀਨੇਸ਼ਨਸ ਕਿੱਥੇ ਖੜਦੀਆਂ ਨੇ ਇਹ ਬਹੁਤ ਚੀਜ਼ਾਂ ਕੋਡੀਫਾਈਡ ਹੈਗੇ ਨੇ ਉਸ ਹਾਲਾਤ ਦੇ ਵਿੱਚ ਵਾਰ ਵਾਰ ਜਦੋਂ ਤੁਹਾਡੇ ਵਰਗੀਆਂ ਜਥੇਬੰਦੀਆਂ ਪਾਰਟੀਆਂ ਫੈਡਰੇਸ਼ਨਾਂ ਇਸ ਇਸ਼ੂ ਨੂੰ ਆਪਣੇ ਲੀਗਲ ਰਾਈਟ ਨੂੰ ਸਰਟਨਲੀ ਕੋਰਟਸ ਦੇ ਵਿੱਚ ਪ੍ਰੈਸ ਕਰ ਰਹੀਆਂ ਨੇ ਲੇਕਿਨ ਉਹਦੇ ਨਾਲ ਅਸੀਂ ਰਾਜਸੀ ਮੁਫਾਦ ਵੀ ਜੁੜਦੇ ਵੇਖਦੇ ਹਾਂ ਕਿਉਂਕਿ ਇਸ ਵਕਤ ਇੱਕ ਰਾਜਸੀ ਸਾਜਿਸ਼ ਦੇ ਆਰੋਪ ਲੱਗ ਰਹੇ ਹੈਗੇ ਨੇ ਇਹ ਵੀ ਸਮਝਿਆ ਜਾ ਰਿਹਾ ਵੀ ਸਹਿਜਧਾਰੀ ਪਾਰਟੀ ਪਿੱਛੇ ਵੀ ਕੋਈ ਕੋਈ
ऐसे लोग है जो कि हूँ शायद सीधे तरीके बयान भी उन्होंने देने शुरू करते हैं नज़र असैम्बली की चोणों के उत्ते है एक बड़े व्डे सहजधारी वोट बैंक के उत्ते है लेकिन असी कोशिश ये कर रहे हैं भी असी कॉन्स्टिट्यूशन बदलीए असी जी डेफिनेशन बदल दीए जो कि रहत मर्यादा दिखाई गई ने श्री गुरु ग्रंथ साहब और रहत मर्यादा की गल है वो कोई किंतु नहीं असी सिख परिवारों पैदा हुए हैं थोड़ी पटिशन जी मैं दसदा कोर्ट भी असी कोई किंतु नहीं किया रहत मर्यादा कोई किंतु नहीं है किसी चीज़ से कोई किंतु नहीं गुरु ग्रंथ साहब नी कोट किया रादर असी श्री गुरु ग्रंथ साहब के श्लोक भी कोट किए हैं ईवन असी यह भी पेश किया कि 45 वारी श्री गुरु ग्रंथ साहब केस शब्द आया और 45 श्लोक असी पेश किए हैं गुरलीन कौर के केस के फुलका साहब ने भी शायद वो कॉपी पढ़ी होएगी जी असी पेश की है और कितने भी नहीं लिखा कि केस कट्टन वाला जो सिख नहीं रहा या केस रखन वाला ही सिख है माफ करना ईवन कोर्ट के एस जी पी सी ने स्ट्रैस किया उस टाइम से फुलका साहब भी उत्थे प्रेजेंट सन जस्टिस खेर साहब भी जो कोर्ट के मौजूद सन उत्थे भरी अदालत उन्होंने कहा कि पतित इज नॉट ए सिख ठीक है ना मैं हूँ भी ये गल कहना कि आप अगर इस इशू नू खत्म करना चाहिए तो यदा एक एक हल हैगा कि असी दो तरह की इन्हें कैटेगराइजेशन नू खत्म कर दी ये जी कैटेगराइजेशन ऑफ सिख है इन्हें नू खत्म कर दिता जाए ओनली जिन्होंने अमृत छक लिया परपक प्योरिस्ट फॉर्म हो गई है उन्होंने खालसे और उन्होंने अमृतधारी सिंह कह के नवाजा जाए और कि क्योंकि देखो एक बड़ा बड़ा वड्डा भंबल भूसा पैदा किया जा रहा है मैं उन्होंने क्लीयर करना चाहना कि साड़ी मंशा जी है वो बड़ी पॉजिटिव है और असी कोई मतलब सिख धर्म को किसी वंडी च नहीं पाना चाहते असी बड़े क्लीयर हार्टेड चले हैं कोई पोलीटिकल मोटिव नहीं है पिछे साढ़े कोई शक्तियां नहीं है साडा इशू यह है कि जेडे बाकी दे सिख फैमिली बॉर्न ने उन्होंने सिख समझा जाए यही साडा टेक्निकल इशू मनिया जा रहा है एक, नहीं, एक, एक, एक तो सोचने ही उन्होंने सिख नहीं समझा जा रहा है बिल्कुल चीज प्रेरित कर रही है बिल्कुल उन्होंने सिख नहीं मनिया जा रहा एस जी पी सी अज एक डेफिनेशन दे देवे कि जेडे व्यक्ति सिख परिवारों च पैदा हुए ने अगर वो रहतधारी नहीं भी हैं तो वो सिख ने चाहे असी उन्होंने पता है डेफिनेशन दी लोड थोनू क्यों पे सुनो मेरी गल जदों इस चीज कोई कंटेंट ही नहीं कर रहा जदों नहीं कंटेंट क्यों नहीं हो रहा है कंटेंट हो रहा वी आर नॉट गिवन दी वोटिंग राइट पतित कह के सानू बाहर कढ़िया जा रहा तुसी गल उठे आ गए ना तुसी उन्होंने गल क्लीयर करती जे तुसी रहत दे विच आओ तां तुसी बेनिफिट जेड़ी रहत दी गल है बिल्कुल तुहाडी गल ठीक है असी ते भी उस हालात दे विच इक एलिजिबिलिटी दा भी क्राइटेरियन होएगा ना जे तुसी वोटिंग राइट्स दी गल कर रहे हो कल तुसी एडमिशन दे राइट्स दी गल कर रहे हो इन्होंने एक वर्ड कह के मिसयूज हो गया सहजधारी जेड़ा वर्ड है मिसयूज होके बाहरले धर्मां दे लोग आ जाने मैं पहला भी कह के हटिया कि सहजधारी दी डेफिनेशन हेट साडी सिख इंस्टीट्यूशंस दे विच एडमिशनां लैके होर लोग बेनिफिट्स लै रहे हैं साडे बच्चे किधर जाणगे साढ़े बच्चों का राइट्स तुसी खत्म हो रहे हैं हम दूसरी गल इफ आई एम बॉर्न इन ए सिख फैमिली एक और इंपॉर्टेंट चीज़ है इस वक्त क्योंकि डेफिनेशन चीज़ें जुड़ी हैं पतित सिख जो है सहजधारी सिख है वो एक बड़ी वड्डी कन्फ्यूजन है क्योंकि अज थोड़ा जो अपना स्वरूप है यू नो जो थोड़ा अपना स्वरूप है वो एक पतित है जो तुसी भी मान रहे हो मैं नहीं मानता मैं क्यों नहीं मानता आई एम बॉर्न इन ए सिख फैमिली मैं कदे भी सिख फैमिली बॉर्न होना की गारंटी नहीं है पतित नहीं होएगा नहीं कदे भी मैं किसी धारी नहीं होया जिंदगी मैं पहला क्लीन शेवन सी उस तो बाद मैं दाढ़ी रखी है पगड़ी धारी होया और ईवन साढ़े जिहड़े नाल ने साढ़े जिहड़े एडवाइजर्स भी ने जां साडी पार्टी दे एग्जीक्यूटिव काउंसल मैंबर्स ने उन्हां चों हुण कुछ अमृतधारी भी होए ने सो वी आर गोइंग टूवर्ड्स दैट पाथ ये नहीं कोई कह सकता कि असी मतलब कि जिहड़े हैगे मेरे फादर एयरफोर्स सन वह भी दाढ़ी केस लंबा साहब मैनूं क्लैरीफाई करो जी ये बड़ा बहुत इंपॉर्टेंट पॉइंट है सिख सिख परिवारों के जो लोग जन्मे है जो वो सहजधारी अपने आप कह रहे हैं वो सहजधारी है पहली गल सिख परिवार के जन्मया एक 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 शख्स जो कि मोना जी शायद मेरे वर्गा मोना हैगा हालांकि मैं हिंदू परिवार तो है ठीक है ठीक है वो अपने आप नु सहजधारी कह सकता है देखो बड़ी सीधी जी गल है बहुत स्पष्ट गल हैगी है कि जेड़ी किसी भी बच्चे का जो जन्म होंदा किसी के घर भी जो जन्म होएगा अगर सिख के घर जन्म होया इस करके सिख रहत मर्यादा दे विच उहदे च एक शर्त लिखी है कि सिख केस लड़के के जो होए उसका बुरा ना मन्ने सिख दे लई हैगा यानी जेड़े भी किसी सिख परिवार के बच्चे का जन्म होंगे केस उ रखे जन्म तो ही जड़े है के सिख दे कर जन्म लैके वह केसाधारी हैगा जन्मदा हैगा केसाधारी है केसा जन्मदा मोना नहीं होंगे मोना बाद आता मोना उन्हों किया जाता केसाधारी होंगे सो केसाधारी अगर सिख हो के एक बार हो गया वो अगर केस कट ले मोना पतत है पतत हो गया नंबर एक
ਇਸ ਕਰਕੇ ਜਿਹੜੀ ਤੁਸੀਂ ਕੰਟੈਂਟ ਕਰਨਾ ਚਾਹ ਰਹੇ ਹੋ ਪਤਾ ਤਾਂ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਗੱਲ ਹੈ ਦੂਜੀ ਜਿਹੜੀ ਇਹ ਗੱਲ ਕਰ ਰਹੇ ਹੈ ਮੈਂ ਦੂਜੀ ਗੱਲ ਕਿ ਉਹਨੂੰ ਪਤਿਤ ਨੂੰ ਸਿੱਖ ਨਹੀਂ ਮੈਂ ਦੱਸ ਰਿਹਾ ਮੈਂ ਚਾਰ ਕੁਰਾਤਾ ਗੁਰੂ ਸਾਹਿਬ ਨੇ ਦੱਸਿਆ ਨੇ ਮੈਂ ਦੇਖੋ ਇੱਕ ਬੜੀ ਵੱਡੀ ਕਨਫਿਊਜ਼ਨ ਹੈ ਇੱਥੇ ਬਾਰ-ਬਾਰ ਉਸੇ ਪੁਆਇੰਟ ਤੇ ਆ ਰਹੇ ਹਾਂ ਕਿਉਂਕਿ ਦੇਖੋ ਮੈਂ ਨਹੀਂ ਕਹਿ ਰਿਹਾ ਤੁਸੀਂ ਕਨਫਿਊਜ਼ਨ ਕਰ ਰਹੇ ਹੋ ਨਾ ਲੈਟ ਲੈਟ ਇਟ ਬੀ ਸੈਟਲਡ ਵੀ ਸਹਿਜਧਾਰੀ ਕੌਣ ਹੈ ਜੇ ਤੁਸੀਂ ਆਪਣੇ ਆਪ ਨੂੰ ਸਹਿਜਧਾਰੀ ਕਹਿੰਦੇ ਹੋ ਤਾਂ ਫਿਰ ਪਤਿਤ ਕੌਣ ਹੈ ਪਤਿਤ ਮੈਂ ਬਿਲਕੁਲ ਕਲੀਅਰ ਕਰ ਰਿਹਾ ਹਾਂ ਨਹੀਂ ਇਹ ਗਲਤ ਕਹਿ ਰਹੇ ਹੋ ਨਾ ਤੁਸੀਂ ਗਲਤ ਕਹਿ ਰਹੇ ਹੋ ਪਤਿਤ ਦੀ ਪਰਿਭਾਸ਼ਾ ਲਿਖੀ ਜਿਹੜਾ ਕੇਸਾਧਾਰੀ ਐਕਟ ਦੇ ਵਿੱਚ ਵੀ ਹੈਗਾ ਤੁਸੀਂ ਆਪ ਪੜ੍ਹਿਆ ਹੋਣਾ ਬਾਰ-ਬਾਰ ਡਿਫਾਈਨਡ ਨਹੀਂ ਕੇਸਾਧਾਰੀ ਤਾਂ ਗੁਰਲੀਨ ਕੌਰ ਦੇ ਕੇਸ ਚ ਡਿਫਾਈਨ ਉਹਨੂੰ ਛੱਡੋ ਤੁਸੀਂ ਜਿਹੜੀ ਗੁਰਦਾਰ ਐਕਟ ਦੇ ਵਿੱਚ ਕੇਸਾਧਾਰੀ ਤੁਹਾਡੇ ਐਕਟ ਤੇ ਡਿਫਾਈਨਡ ਦਿਖਾ ਦੋ ਕਿਤੇ ਵੀ ਦੇਖੋ ਸੁਣੋ ਕੇਸਾ ਜਿਹੜਾ ਪਤਿਤ ਕੌਣ ਹੈ ਪਤਿਤ ਇਹ ਜਿਹੜੀ ਐਕਟ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਸ ਦੀ ਹੀ ਹੁਣੇ ਦੁਬਾਰਾ ਹਵਾਲਾ ਦੇ ਦਿਆਂ ਔਰ ਇਹਨੂੰ ਬਹੁਤ ਸਪਸ਼ਟ ਦੇ ਦਿਆਂ ਹੂ ਇਜ਼ ਅ ਪਤਿਤ ਪਤਿਤ ਮੀਨਸ ਏ ਪਰਸਨ ਤੁਸੀਂ ਉਹ ਡੈਫੀਨੇਸ਼ਨ ਨਾ ਦੱਸੋ ਮੈਂ ਤੁਹਾਨੂੰ ਜੋ ਮੈਂ ਤੁਹਾਨੂੰ ਮੋਟੀ ਗੱਲ ਪੁੱਛ ਰਿਹਾ ਵੀ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮਿਆ ਬੱਚਾ ਹਾਂਜੀ ਜੋ ਕਿ ਆਪਣੇ ਦਾੜੀ ਜਾਂ ਕੇਸ ਦੀ ਬੇਅਦਬੀ ਕਰਦਾ ਉਹ ਕੀ ਕਹਾਏਗਾ ਉਹ ਸਹਿਜਧਾਰੀ ਹੋ ਸਕਦਾ ਹੈ ਬਿਲਕੁਲ ਨਹੀਂ ਹੋ ਸਕਦਾ ਇਹ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਇਟ ਇਜ਼ ਕਲੀਅਰ ਉਹ ਦੂਜੀ ਗੱਲ ਇਹ ਜਿਹੜਾ ਕਹਿੰਦੇ ਆ ਕਿ ਪਤਿਤ ਨੂੰ ਸਿੱਖ ਨਹੀਂ ਕਿਹਾ ਜਾਏਗਾ ਸਿੱਖ ਹੈ ਉਹ ਹਿੰਦੂ ਨਹੀਂ ਹੈ ਉਹਨੂੰ ਹਿੰਦੂ ਕਹਿ ਕੇ ਹਿੰਦੂਆਂ ਦੀ ਨਰਾਦਰੀ ਨਾ ਕੀਤੀ ਜਾਏ ਉਹ ਪਤਿਤ ਹੈ ਔਰ ਇੱਕ ਮਿੰਟ ਧਰਮ ਨਹੀਂ ਰਿਹਾ ਨਹੀਂ ਧਰਮ ਨਹੀਂ ਤੁਸੀਂ ਕੀ ਲਿਖੋਗੇ ਉਹਦਾ ਧਰਮ ਇੱਕ ਮਿੰਟ ਦੇਖੋ ਉਹਦੇ ਵਿੱਚ ਜਿਹੜਾ ਆਊਟ ਆਫ ਦੀ ਰਿਲੀਜਨ ਨਹੀਂ ਹੀ ਇਜ਼ ਨਾਟ ਆਊਟ ਆਫ ਦੀ ਰਿਲੀਜਨ ਨੋ ਨੈਵਰ ਡੈਫੀਨੇਸ਼ਨ ਹੈ ਆਕਸਫੋਰਡ ਦੀ ਡਿਕਸ਼ਨਰੀ ਕੱਢ ਕੇ ਤੁਸੀਂ ਆਕਸਫੋਰਡ ਦੀ ਛੱਡੋ ਇਹਦੇ ਵਿੱਚ ਰਹਿਤ ਮਰਿਆਦਾ ਪੜ੍ਹ ਲਓ ਤੁਸੀਂ ਰਹਿਤ ਮਰਿਆਦਾ ਨੂੰ ਲੈ ਆਓ ਤੁਸੀਂ ਰਹਿਤ ਮਰਿਆਦਾ ਦੇਖੋ ਗੱਲ ਜਦੋਂ ਤੁਸੀਂ ਐਡਮਿਸ਼ਨ ਦੇਣੀ ਹੈ ਉਸ ਟਾਈਮ ਤੇ ਤੁਸੀਂ ਉਹਨੂੰ ਪਤਾ ਮੈਂ ਦੱਸਣ ਲੱਗ ਮੈਨੂੰ ਇੱਕ ਮਿੰਟ ਦੱਸ ਲੈਣ ਦਿਓ ਤੁਹਾਨੂੰ ਕਲੀਅਰ ਕਰ ਲੈਣ ਦਿਓ ਜਿਹੜਾ ਗੈਰ ਸਿੱਖ ਜਿਹੜਾ ਹੈ ਹਿੰਦੂ ਜਾਂ ਜਿਹੜਾ ਜਿਹਦਾ ਕੋਈ ਧਰਮ ਨਹੀਂ ਹੈ ਉਹ ਪਤਿਤ ਨਹੀਂ ਹੋ ਸਕਦਾ ਠੀਕ ਹੈ ਉਹ ਕਿਧਰੇ ਪੰਜ ਪਿਆਰਿਆਂ ਦੇ ਨਹੀਂ ਪੇਸ਼ ਹੋ ਸਕਦਾ ਪਤਿਤ ਤਾਂ ਉਹੀ ਉਹ ਜਿਹੜਾ ਸਿੱਖ ਹੈਗਾ ਉਹੀ ਪੇਸ਼ ਹੋਏਗਾ ਅਤੇ ਜਿਹੜਾ ਪਤਿਤ ਹੋ ਗਿਆ ਉਹ ਪਤਿਤ ਸਿੱਖ ਹੈ ਸਿੱਖ ਹੀ ਪਤਿਤ ਹੋਏਗਾ ਦੂਜਾ ਨਹੀਂ ਹੋ ਸਕਦਾ ਸਿੱਖ ਦੇ ਘਰ ਜਨਮ ਇੱਕ ਵਾਰੀ ਹੋ ਗਿਆ ਉਹ ਕੇਸਾਧਾਰੀ ਹੈ ਉਹਨੇ ਇਹ ਅੱਛਾ ਇੱਕ ਗੱਲ ਹੁਣ ਇਹਦੇ 'ਚ ਗੱਲ ਮੈਂ ਅਖੀਰ 'ਚ ਇੱਕ ਡੈਫੀਨੇਸ਼ਨ ਜ਼ਰੂਰ ਦੇਣੀ ਪਏਗੀ ਕਿਉਂਕਿ ਤੁਸੀਂ ਸ਼ੁਰੂ 'ਚ ਕਿਹਾ ਹੈ ਕਿ ਨਾ ਤੁਸੀਂ ਡਿਸਾਈਡ ਕਰ ਸਕਦੇ ਹੋ ਮੈਂ ਕਰ ਸਕਦਾ ਜਿਹੜੀ 1938 ਦੇ ਵਿੱਚ ਸਹਿਜਧਾਰੀ ਦੇ ਲੱਛਣ ਜਿਹੜੇ ਡਿਸਾਈਡ ਹੋਏ ਸਹਿਜਧਾਰੀ ਸਿੱਖ ਦੇ ਲੱਛਣ ਕੀ ਹੈ ਸਹਿਜਧਾਰੀ ਸਿੱਖ ਦੇ ਗੁਣਾਂ ਸੰਬੰਧੀ ਪ੍ਰਵਾਨ ਹੋਇਆ ਦਾੜ੍ਹੀ ਰੱਖੇ ਕੇਸਾਂ ਨੂੰ ਉਸ ਤਰ੍ਹਾਂ ਨਾ ਲਾਏ ਆਪਣੀ ਔਲਾਦ ਵਿੱਚ ਕਿਸੇ ਨਾ ਕਿਸੇ ਨੂੰ ਸਿੰਘ ਜ਼ਰੂਰ ਸਜਾਏ ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦਾ ਹੋਏ ਤੰਬਾਕੂ ਨਾ ਪੀਵੇ ਇਹ ਵੰਸ ਐਂਡ ਫੋਰ ਇੱਕ ਵਾਰੀ ਨਹੀਂ ਹੋਇਆ ਬੜੀ ਵਾਰੀ ਹੋਇਆ ਔਰ ਜਿਹੜਾ ਇਸ ਕਰਕੇ ਇਹ ਸਾਰੇ ਜਿਹੜੇ ਡਿਸਾਈਡ ਹੋਏ ਅਗਰ ਕੋਈ ਸਿੱਖ ਹੋ ਕੇ ਆਪਣੇ ਆਪ ਨੂੰ ਪਤਿਤ ਬੰਦਾ ਅਗਰ ਆਪਣੇ ਆਪ ਨੂੰ ਸਹਿਜਧਾਰੀ ਅਖਵਾ ਰਿਹਾ ਇਸ ਤੋਂ ਵੱਡਾ ਮੇਰਾ ਖਿਆਲ ਹੈ ਜਿਹੜਾ ਧੋਖਾ ਫਰਾਡ ਉਹ ਨਹੀਂ ਹੋ ਸਕਦਾ ਕਿਧਰੇ ਵੀ ਨਹੀਂ ਹੋਏਗਾ ਇਹ ਤੁਸੀਂ ਆਪਣੀ ਡੈਫੀਨੇਸ਼ਨ ਜਿਹੜੀ ਹੈ ਬਲਕਿ ਆਪਣੀ ਉਸ ਕਮੀ ਨੂੰ ਕਹਿ ਲਓ ਜਾਂ ਜਿੱਦਾਂ ਕਹਿ ਲਓ ਉਹਨੂੰ ਛੁਪਾਉਣ ਲਈ ਤੁਸੀਂ ਪੂਰੇ ਦੇ ਪੂਰੇ ਸੰਸਥਾਵਾਂ ਨੂੰ ਪੂਰੇ ਸਿਧਾਂਤਾਂ ਨੂੰ ਜਿਹੜਾ ਇੱਕ ਵਾਰ ਨਹੀਂ ਡਿਸਾਈਡ ਹੋਇਆ ਜਿਹੜਾ ਰਹਿਤ ਮਰਿਆਦਾ ਨੇ ਡਿਸਾਈਡ ਕੀਤਾ ਅਕਾਲ ਤਖਤ ਸਾਹਿਬ ਨੇ ਡਿਸਾਈਡ ਕੀਤਾ ਬਾਕੀ ਸਾਰੇ ਨੂੰ ਕੀਤਾ ਤੁਸੀਂ ਸਹਿਜਧਾਰੀ ਨਹੀਂ ਹੋ ਸਕਦੇ ਨਹੀਂ ਅਖਵਾ ਸਕਦੇ ਇਹ ਕਰਨਾ ਉਹਨਾਂ ਸਾਰੇ ਸਹਿਜਧਾਰੀਆਂ ਦਾ ਇਹ ਵੀ ਕੰਟੈਂਸ਼ਨ ਕਈ ਜਾਰੀ ਹੈਗੀ ਹੈ ਵੀ ਇਸ ਵਕਤ ਸਹਿਜਧਾਰੀ ਜਿਹੜੇ ਤੁਸੀਂ ਜਿਹੜੀ ਪਾਰਟੀ ਦੀ ਨੁਮਾਇੰਦਗੀ ਕਰਦੇ ਫੈਡਰੇਸ਼ਨ ਦੀ ਨੁਮਾਇੰਦਗੀ ਕਰਦੇ ਉਹ ਸਹਿਜਧਾਰੀ ਐਗਜ਼ਿਸਟ ਹੀ ਨਹੀਂ ਕਰਦੇ ਇੱਕ ਸਾਡੇ ਕੋਲ ਬਿਲਕੁਲ ਗਲਤ ਗੱਲ ਹੈ ਅੱਜ 80% ਆਫ ਦੀ ਵਰਲਡ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਤੁਸੀਂ ਅਗਰ ਪਤਿਤ ਕਹਿ ਕੇ ਦੁਰਕਾਰ ਦੋਗੇ ਇਹ ਬਹੁਤ ਵੱਡਾ ਇੱਕ ਪਾਪ ਹੋਏਗਾ ਇੱਕ ਬਹੁਤ ਬੜਾ ਗਲਤ ਹੁਣ ਗੱਲ ਤਾਂ ਰੌਲਾ ਹੀ ਲੱਗਦਾ ਹੈ ਆਪਣੇ ਆਪ ਹੀ ਕਹਿ ਰਹੇ ਹੋ ਨਾ ਲਾਂਬਾ ਸਾਹਿਬ ਨੇ ਕਿਹਾ ਕਿਸੇ ਨੇ ਕਿਹਾ ਨਾ ਐਕਟ ਨੇ ਕਿਹਾ ਨਾ ਗੁਰਲੀਨ ਕੌਰ ਦੀ ਜੱਜਮੈਂਟ ਨੇ ਕਿਹਾ ਤੁਹਾਡੀ ਐਸਜੀਪੀਸੀ ਕਹਿ ਰਹੀ ਹੈ ਅਸੀਂ ਕਹਿ ਰਹੇ ਹਾਂ ਤੁਸੀਂ ਆ ਜਾਓ ਨਾ ਰਾਈਟ ਨਾ ਦੇਣਾ ਦਾ ਮਤਲਬ ਦੁਤਕਾਰਨਾ ਨਹੀਂ ਨਾ ਹੋ ਗਿਆ ਆਪਾਂ ਕਹੀ ਵੀ ਤੁਸੀਂ ਦੇਖੋ ਜਿਹੜਾ ਬਜਟ ਤੁਸੀਂ ਕਿਸੇ ਦਾ ਰਾਈਟ ਕਲੇਮ ਕਰ ਰਹੇ ਹੋ ਇੱਕ ਮਿੰਟ ਜਿਹੜਾ ਤੁਸੀਂ ਰਾਈਟ ਕਲੇਮ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਰਹਿਤ ਚਾਹਨਾ ਪਏਗਾ ਇਹ ਚੀਜ਼ ਕੋਡੀਫਾਈਡ ਹੈ ਤੁਹਾਡੇ ਧਰਮ ਦੇ ਵਿੱਚ ਕੋਡੀਫਾਈਡ ਹੈ ਤੁਸੀਂ ਕਹਿ ਰਹੇ ਹੋ ਜੀ ਨਹੀਂ ਅਸੀਂ ਰਹਿਤ ਨਹੀਂ ਮੰਨਾਂਗੇ ਤੁਸੀਂ ਸਾਨੂੰ ਮੰਨ ਲਓ ਐਸਜੀਪੀਸੀ ਕਿਵੇਂ ਉਹ ਚੀਜ਼ ਕਰ ਸਕਦੀ ਹੈ ਜਿਹੜੀ ਚੀਜ਼ ਨਾ ਰਹਿਤ ਅਲਾਓ ਕਰ ਰਹੀ ਹੈ ਨਾ ਗੁਰਦੁਆਰਾ ਐਕਟ ਅਲਾਓ ਕਰ ਰਿਹਾ ਸਾਨੂੰ ਪਿਛਲੇ 50 ਸਾਲ ਤੋਂ ਮਿਲਿਆ ਆ ਰਿਹਾ ਸੀਗਾ ਵੋਟਿੰਗ ਦਾ ਤੁਹਾਨੂੰ ਨਹੀਂ ਮਿਲਿਆ ਕਦੀ ਵੀ ਤੁਹਾਨੂੰ ਕਦੀ ਨਹੀਂ ਰਾਣੂ ਜੀ ਦੇਖੋ ਤੁਸੀਂ ਇਹ ਗਲਤ ਬਿਆਨੀ ਕਰ ਰਹੇ ਹੋ ਤੁਹਾਨੂੰ ਕਦੀ ਵੀ ਨਹੀਂ ਮਿਲਿਆ ਆ ਜਿਹੜੀਆਂ ਵੋਟਰ ਲਿਸਟਾਂ ਮੇਰੇ ਕੋਲ ਪਈਆਂ ਨੇ ਯੂ ਹੈਵ ਸੀਨ ਦੀ ਵੋਟਰ ਲਿਸਟ 2003 ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਨਹੀਂ ਜਿਹੜੀਆਂ ਹੁਣ ਵੋਟਰ ਲਿਸਟਾਂ ਬਣੀਆਂ ਨੇ ਇਸ ਵਾਰੀ ਐਸਜੀਪੀਸੀ ਚ ਬਣੀਆਂ ਨੇ ਉਹਨਾਂ ਚ ਸੁਮਨ ਦੇਵੀ ਕੌਰ ਡਾਕਟਰ ਆਫ ਬਿਸ਼ਨਦਾਸ ਮੈਂ ਦੱਸ ਉਹਨਾਂ ਨੂੰ ਕਮੀ ਹੋ ਸਕਦੀ ਹੈ ਉਹ ਮੈਂ ਕਹਿ ਰਿਹਾ ਮੈਂ ਤਾਂ ਕਹਿ ਨਹੀਂ ਰਿਹਾ ਵੀ ਵੋਟਰ ਲਿਸਟਾਂ ਚ ਵੀ ਕਮੀ ਨਹੀਂ ਹੋਈ ਫੈਕਟ ਵੀ ਹੈਵ ਟੂ ਅੰਡਰਸਟੈਂਡ ਦੀ ਫੈਕਟ ਜਿਹੜਾ ਅੱਜ ਗਰਾਊਂਡ ਰਿਐਲਿਟੀ ਹੈ ਨਾ ਗਰਾਊਂਡ ਰਿਐਲਿਟੀ ਬਤਾ ਲਓ ਤੁਸੀਂ ਰਹਿਤ ਬਦਲ ਦੋਗੇ ਨਹੀਂ ਨਹੀਂ ਮੈਂ ਇੱਕ ਗਰਾਊਂਡ ਰਿਐਲਿਟੀ ਦੇ ਵਿੱਚ ਜੇ ਲੋਕ ਪਤਿਤ ਨੂੰ ਵੱਧ ਰਹੇ ਤਾਂ ਤੁਸੀਂ ਪਤਿਤ ਨੂੰ ਜਸਟੀਫਾਈ ਕਰ ਦੋਗੇ ਇਸ ਤੇ ਮੈਂ ਕਦੇ ਵੀ ਨਹੀਂ ਕਿੰਤੂ ਕਰਾਂਗਾ ਕਿਉਂਕਿ ਆਈ ਐਮ ਏ ਸਿੱਖ ਆਈ ਕੰਸੀਡਰ ਮਾਈਸੈਲਫ ਐਜ਼ ਅ ਸਿੱਖ ਇਹ ਮੈਨੂੰ ਪਤਿਤ ਕਹਿ ਦੇਣ ਮੈਂ ਨਹੀਂ ਕਹਾਂਗਾ ਪਰ ਮੈਂ ਆਪਣੇ ਆਪ
ਸਿੱਖ ਘਰ ਪੈਦਾ ਹੋਇਆ ਸਿੱਖ ਹੈ ਦੱਸਣਗੇ ਜਿਹੜਾ ਈਸਾਈ ਦੇ ਘਰੇ ਪੈਦਾ ਹੋਇਆ ਵਾ ਉਹ ਈਸਾਈ ਹੈ ਜਿੰਨੀ ਦੇਰ ਉਹ ਬੈਪਟਾਈਜ਼ਡ ਕ੍ਰਿਸਚੀਅਨ ਨਹੀਂ ਹੈ ਉਹਨੂੰ ਐਡਮਿਸ਼ਨ ਨਹੀਂ ਦਿੱਤੀ ਜਾਂਦੀ ਐਡਮਿਸ਼ਨ ਨਹੀਂ ਛੱਡੋ ਸਾਹਮਣੇ ਕੁਛ ਹੋਰ ਕਹਿ ਰਹੇ ਅਦਾਲਤਾਂ ਚ ਕੁਛ ਹੋਰ ਕਹਿ ਰਹੇ ਆਹ ਸਾਰੀ ਗੁਰਲੀਨ ਕੌਰ ਦੀ ਜੱਜਮੈਂਟ ਅਗਰ ਤੁਸੀਂ ਡੀਪਲੀ ਪੜੋ ਇਹਦੇ ਸਾਰਾ ਕੁਛ ਇਹੀ ਹੋਇਆ ਉੱਥੇ ਕਿਹਾ ਗਿਆ ਕਿ ਪਤਿਤ ਜਿਹੜਾ ਉਹ ਸਿੱਖ ਨਹੀਂ ਹੁੰਦਾ ਨਹੀਂ ਜਦੋਂ ਤੁਸੀਂ ਕਾਨੂੰਨ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਧਿਰ ਬਣ ਕੇ ਇੱਕ ਰਾਈਟ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਰਟਨਲੀ ਜਿਹੜਾ ਬੰਦਾ ਉਹਨੂੰ ਅਪੋਜ਼ ਕਰ ਰਿਹਾ ਤੁਹਾਨੂੰ ਆਪਣਾ ਦੁਸ਼ਮਣ ਤਾਂ ਨਜ਼ਰ ਆਏਗਾ ਹੀ ਆਏਗਾ ਉਹਦੇ ਵਿੱਚ ਇਹਨਾਂ ਨੇ ਉੱਥੇ ਸਟੈਂਡ ਉਲਟ ਲਿਆ ਇੱਥੇ ਆ ਕੇ ਮੀਡੀਆ ਦੇ ਸਾਹਮਣੇ ਸੱਚੇ ਬਣ ਰਹੇ ਕੋਈ ਕੰਸਿਸਟੈਂਟ ਸਟੈਂਡ ਹੈ ਮੈਨੂੰ ਨਹੀਂ ਲੱਗਦਾ ਕਿਹੜਾ ਉਲਟ ਸਟੈਂਡ ਹੈ ਨਹੀਂ ਨਹੀਂ ਇਹ ਸਟੈਂਡ ਬਿਲਕੁਲ ਉਲਟ ਸੀਗਾ ਕਿਵੇਂ ਕਾਈਂਡਲੀ ਥੋੜਾ ਐਕਸਪਲੇਨ ਇੱਕ ਜਿਹੜੀ ਲੜਕੀ ਹੈ ਅਗਰ ਉਹਨੇ ਵਾਲ ਪਲੱਕ ਕਰ ਲਏ ਉਹਨੂੰ ਤੁਸੀਂ ਪਤਿਤ ਕਹਿ ਕੇ ਉਹਨੂੰ ਨੌਨ ਸਿੱਖ ਕਹਿ ਕੇ ਉਹਦੇ ਕੈਟਾਗਰੀ ਚੋਂ ਕੱਢ ਦਿੱਤਾ ਮੈਂ ਦੱਸ ਰਿਹਾ ਜੀ ਇਹਨੂੰ ਕਲੈਰੀਫਾਈ ਕਰਨ ਦਿਓ ਸ਼ੀ ਵਾਸ ਸੀਕਿੰਗ ਸਮ ਬੈਨੀਫਿਟਸ ਨਾ ਮੈਨੂੰ ਸ਼ੀ ਵਾਸ ਸੀਕਿੰਗ ਸਮ ਬੈਨੀਫਿਟਸ ਐਗਰੀ ਪਰ ਉੱਥੇ ਅਗਰ ਅਸੀਂ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਜਿਹੜਾ ਕਹਿੰਦਾ ਕਿ ਮੈਂ ਸਹਿਜਧਾਰੀ ਹਾਂ ਕਿ ਸਹਿਧਾਰੀ ਹੋ ਕੇ ਉਹ ਆ ਜਾਂਦਾ ਉਹਨੂੰ ਅਸੀਂ ਰਾਈਟ ਦੇ ਦਿੰਦੇ ਹਾਂ ਤਾਂ ਰਾਈਟ ਮਾਰਿਆ ਕਿਹਦਾ ਗਿਆ ਜਿਹੜਾ ਬੌਰਨ ਸਿੱਖ ਸੀ ਨਹੀਂ ਨਹੀਂ ਜਿਹੜਾ ਉਹਨੇ ਫੋਰਗੋ ਵੀ ਤਾਂ ਕੀਤਾ ਨਾ ਜਿਹੜਾ ਬੌਰਨ ਸਿੱਖ ਸੀਗਾ ਉਹਨੇ ਸਿੱਖ ਕਦਰਾਂ ਕੀਮਤਾਂ ਤੋਂ ਬਾਹਰ ਜਾ ਕੇ ਉਹਨੇ ਫੋਰਗੋ ਕੀਤਾ ਆਪਣਾ ਰਾਈਟ ਤੇ ਜੇ ਕਿਸੇ ਹੋਰ ਧਰਮ ਦਾ ਬੰਦਾ ਉਹਦਾ ਸੋਲਿਊਸ਼ਨ ਸੀ ਕਿ ਅਸੀਂ ਉਸ ਬੱਚੇ ਨੂੰ ਕਹਿ ਸਕਦੇ ਸੀ ਇਹ ਰਾਈਟ ਦੀ ਉਹਦਾ ਸੋਲਿਊਸ਼ਨ ਸੀ ਕਿ ਉਸ ਬੱਚੇ ਨੂੰ ਕਿਹਾ ਜਾ ਸਕਦਾ ਬੱਚਾ ਤੂੰ ਅੱਜ ਇਸ ਕਾਲਜ 'ਚ ਐਡਮਿਸ਼ਨ ਲੈ ਰਿਹਾ ਅੱਜ ਤੋਂ ਬਾਅਦ ਤੂੰ ਕੇਸਾਂ ਦੀ ਬੇਅਦਬੀ ਨਹੀਂ ਕਰੇਂਗੀ ਠੀਕ ਹੈ ਸੋਲਿਊਸ਼ਨ ਵਾਸ ਓਵਰ ਆਈਟੀ ਨੇ ਜਜਮੈਂਟ ਬਣਾ ਕੇ ਅਸੀਂ ਸਿੱਖ ਦੀ ਪਰਿਭਾਸ਼ਾ ਨੂੰ ਤਬਦੀਲ ਕਰਾਇਆ ਇਹ ਬਹੁਤ ਵੱਡਾ ਇੱਕ ਮਤਲਬ ਬੋਝ ਹੈ ਇਸ ਵੇਲੇ ਸਿੱਖ ਕੌਮ ਰਾਣੂ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਉਹ ਸੁਜੈਸਟ ਕਰ ਰਹੇ ਹੋ ਬੜੀ ਇੰਟਰਸਟਿੰਗ ਕਿ ਉਹਨੂੰ ਬੱਚੀ ਨੂੰ ਕਿਹਾ ਜਾਂਦਾ ਤੂੰ ਐਡਮਿਸ਼ਨ ਲੈ ਲੈ ਅੱਜ ਤੋਂ ਬਾਅਦ ਨਹੀਂ ਕਰੇਂਗੇ ਤੁਹਾਨੂੰ ਵੋਟਿੰਗ ਰਾਈਟ ਮਿਲ ਜਾਏ ਅੱਜ ਤੋਂ ਬਾਅਦ ਨਹੀਂ ਕਰੋਗੇ ਬਿਲਕੁਲ ਨਹੀਂ ਕਰੋਗੇ ਨਹੀਂ ਨਹੀਂ ਤੁਸੀਂ ਬਿਲਕੁਲ ਨਹੀਂ ਕਰੋਗਾ ਮੈਂ ਨਹੀਂ ਕਰੂੰਗਾ ਤੁਸੀਂ ਵੋਟਿੰਗ ਰਾਈਟ ਲੈਣ ਤੋਂ ਪਹਿਲਾਂ ਕੰਮ ਕਰਨਾ ਹੈ ਵੋਟਿੰਗ ਤੋਂ ਬਾਅਦ ਕਰਨਾ ਤੁਸੀਂ ਕਹਿ ਰਹੇ ਸੀ ਵੋਟ ਵੋਟ ਰਾਈਟ ਮਿਲ ਜਾਏ ਬਾਅਦ ਕਰਨਾ ਕਲੀਅਰ ਹੈ ਇੱਕ ਗੱਲ ਹੋਰ ਦੱਸੋ ਕਲੀਅਰ ਹੈ ਕਿ ਅਸੀਂ ਸਾਰੇ ਜਿਹੜੇ ਸਾਡੇ ਨਾਲ ਤੁਰੇ ਹੋਏ ਨੇ ਸਾਡੇ ਸਾਥੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਅਸੀਂ ਕੋਈ ਧਰਮ ਤੋਂ ਦੂਰ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਲਿਜਾ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਉਹਨਾਂ ਦੀ ਦਸਤਾਰਬੰਦੀ ਕਰਾਈ ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਘੱਟੋ ਘੱਟ ਹੋਰ ਨਾ ਅਸੀਂ ਦਸਤਾਰਾਂ ਬੰਨੋ ਪਬਲਿਕ 'ਚ ਜਾਂਦੇ ਹੋ ਦਸਤਾਰ ਬੰਨੋ ਤੁਹਾਡੀ ਸਿੱਖ ਦੀ ਪਹਿਚਾਣ ਬਣੇ ਅਸੀਂ ਤਾਂ ਇਹਨਾਂ ਨੂੰ ਦੇ ਬੇਸ ਤੇ ਤੁਸੀਂ ਉਹ ਰਾਈਟ ਮੰਗ ਰਹੇ ਹੋ ਨਾਟ ਰਾਈਟ ਇਸ ਤਰ੍ਹਾਂ ਨਹੀਂ ਇਹ ਨਹੀਂ ਕਿ ਇਕੱਲੇ ਰਾਈਟ ਵਾਸਤੇ ਅਸੀਂ ਪੱਗਾਂ ਬੰਨਣੀਆਂ ਨੇ ਨਾਟ ਲਾਈਕ ਦੈਟ ਸਿੰਸੀਅਰਲੀ ਨਾਟ ਨੌਨ ਸਿੰਸੀਅਰਟੀ ਕੋਈ ਨਹੀਂ ਹੈਗੀ ਠੀਕ ਹੈ ਅੱਜ ਤੁਸੀਂ ਰਹਿਤ ਨਹੀਂ ਰੱਖ ਦੇਖੋ ਅੱਜ ਅਗਰ ਸਿੱਖ ਹੋਏਗਾ ਸਹਿਜਧਾਰੀ ਸਿੱਖ ਜਾਂ ਸਿੱਖ ਹੋਏਗਾ ਤਾਂ ਅੱਗੋਂ ਅੰਮ੍ਰਿਤਧਾਰੀ ਉਹਦੇ 'ਚੋਂ ਹੀ ਪੈਦਾ ਹੋਣਾ ਅੰਮ੍ਰਿਤ ਛਕਣ ਲਈ ਕੋਈ ਬਾਹਰਲੇ ਧਰਮ ਦੇ ਵਿਅਕਤੀ ਨੇ ਨਹੀਂ ਆਉਣਾ ਹੈਗਾ ਇਹਨਾਂ ਦੇ ਵਿੱਚੋਂ ਹੀ ਅੰਮ੍ਰਿਤਧਾਰੀ ਪੈਦਾ ਇਹ ਸਿੱਖੀ ਦੀ ਪਨੀਰੀ ਹੋਈ ਨੇ ਸੋ ਮੈਂ ਇੱਥੇ ਇੱਕ ਬੇਨਤੀ ਕਰੂੰਗਾ ਕਿ ਅਗਰ ਇਹ ਮਾਮਲਾ ਖਤਮ ਕਰਨਾ ਤਾਂ ਇਹ ਵੀ ਜਿਹੜੀ ਤੁਸੀਂ ਗੱਲ ਕਹੀ ਹੈ ਬੜੀ ਇੰਪੋਰਟੈਂਟ ਹੈ ਵੀ ਅੰਮ੍ਰਿਤ ਛਕਣ ਲਈ ਕਿਸਨੇ ਬਾਹਰੋਂ ਨਹੀਂ ਆਣਾ ਕਿਉਂਕਿ ਜਿਹੜੀ ਤੁਹਾਡੀ ਸਹਿਜਧਾਰੀ ਦੀ ਪੂਰੀ ਡੈਫੀਨੇਸ਼ਨ ਹੈ ਉਹਨੂੰ ਇਹ ਕੰਟਰਡਿਕਟ ਕਰ ਰਹੀ ਹੈ ਗੱਲ ਉਹਨੂੰ ਕਲਾਵੇ 'ਚ ਲਿਆ ਜਾਵੇ ਉਹਨਾਂ ਨੂੰ ਕਲਾਵੇ 'ਚ ਲਿਆ ਜਾਵੇ ਕਲਾਵੇ 'ਚ ਲੈ ਕੇ ਨਾਲ ਲੈ ਕੇ ਉਹਨਾਂ ਨੂੰ ਤੋਰਿਆ ਜਾਵੇ ਦੇ ਵਿਲ ਟਰਨ ਇਨਟੂ ਬੈਪਟਿਜ਼ਮ ਇੱਥੇ ਰੌਲਾ ਹੈ ਬੈਪਟਿਜ਼ਮ ਆਪਣੇ ਆਪ ਆ ਜਾਏਗਾ ਲਾਂਬਾ ਸਾਹਿਬ ਇਹ ਕਹਿ ਰਹੇ ਆ ਮੈਂ ਕਾਨੂੰਨ ਦੇ ਤੌਰ ਤੇ ਕਹਿ ਰਹੇ ਹਾਂ ਕਿ ਜੇ ਤੁਸੀਂ ਸਿੱਖੋ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਮੈਂ ਸਿੱਖ ਨਹੀਂ ਹਾਂ ਮੈਂ ਸਹਿਜਧਾਰੀ ਸਿੱਖ ਹਾਂ ਮੈਂ ਕਦੋਂ ਕਹਿਣਾ ਇਹ ਗੱਲ ਮੈਂ ਤਾਂ ਕਹਿਣਾ ਸੀ ਪਹਿਲਾ ਸਿੱਖ ਹੈ ਜਦੋਂ ਅਸੀਂ ਕਹਿ ਰਹੇ ਹਾਂ ਤੁਸੀਂ ਸਿੱਖੋ ਸਹਿਜਧਾਰੀ ਪਤਿਤ ਇੱਛਾਧਾਰੀ ਇਹ ਸਾਰੀਆਂ ਗੱਲਾਂ ਬਾਅਦ ਚ ਨੇ ਇਹਨੂੰ ਛੱਡ ਦੇਣਾ ਚਾਹੀਦਾ ਉਹ ਬੈਨੀਫਿਟ ਵਾਲੀ ਗੱਲ ਦੂਜੀ ਆਉਂਦੀ ਹੈ ਬਾਅਦ ਚ ਆਉਂਦੀ ਹੈ ਤੁਸੀਂ ਕਹੋ ਨਹੀਂ 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 ਮੈਂ ਤਾਂ ਸਹਿਜਧਾਰੀ ਸਿੱਖ ਹਾਂ ਇੱਕ ਲਫ਼ਜ਼ ਤੁਸੀਂ ਕਿਉਂ ਵਰਤ ਰਹੇ ਹੋ ਰਾਈਟ ਮੈਂ ਇੱਕ ਬੇਨਤੀ ਕਰੂੰਗਾ ਲਾਂਬਾ ਸਾਹਿਬ ਇੱਕ ਬੇਨਤੀ ਕਰੂੰਗਾ ਅਗਰ ਅਸੀਂ ਕੀ ਮੰਗ ਰਹੇ ਹਾਂ ਅਸੀਂ ਕੁਛ ਨਹੀਂ ਮੰਗ ਰਹੇ ਨਾ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਬਣਨਾ ਨਾ ਅਸੀਂ ਉੱਥੇ ਕੋਈ ਪਾਠੀ ਲੱਗਣਾ ਅਸੀਂ ਤਾਂ ਸਿਰਫ ਚੰਗੇ ਕਿਰਦਾਰ ਦੇ ਵਿਅਕਤੀਆਂ ਨੂੰ ਚੁਣਨ ਦਾ ਰਾਈਟ ਮੰਗ ਰਹੇ ਹਾਂ ਨਾ ਸਿਰਫ ਇਸ ਕਰਕੇ ਕਿ ਤੁਸੀਂ ਪਹਿਲਾਂ ਦੇਖਦੇ ਆਏ ਹੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਕੀ ਉੱਥੇ ਕੀ ਹੁੰਦਾ ਰਿਹਾ ਠੀਕ ਹੈ ਦੇਰ ਇਜ਼ ਵੈਰੀ ਮੱਚ ਚੇਂਜ ਮੈਂ ਨਹੀਂ ਕਹਿੰਦਾ ਪਰ ਲੇਕਿਨ ਅਸੀਂ ਅਗਰ ਅੱਛੇ ਵਿਅਕਤੀਆਂ ਨੂੰ ਚੁਣਨ ਦਾ ਅਧਿਕਾਰ ਮੰਗਦੇ ਹਾਂ ਨਹੀਂ ਉਹ ਕੱਲ ਨੂੰ ਐਜ਼ ਅ ਹਿੰਦੂ ਮੈਂ ਵੀ ਮੰਗ ਸਕਦਾ ਐਜ਼ ਅ ਜਰਨਲਿਸਟ ਮੈਂ ਮੰਗ ਸਕਦਾ ਮੈਨੂੰ ਵੀ ਅਧਿਕਾਰ ਹੋਣਾ ਚਾਹੀਦਾ ਵੀ ਮੈਂ ਅੱਛਾ ਬੰਦਾ ਜੀ ਨਹੀਂ ਚੁਣਾ ਮੈਂ ਸਕਦਾ ਰਾਈਟ ਨਹੀਂ ਮੈਂ ਤੁਸੀਂ ਕਹੋ ਕਿ ਦੈਟ ਆਈ ਹੈਵ ਨੋ ਅਦਰ ਰੀਜ਼ਨ ਨਹੀਂ ਮੈਨੂੰ ਹੁਣ ਨਹੀਂ ਤੁਸੀਂ ਮੈਨੂੰ ਮੇਰਾ ਜਵਾਬ ਦਿਓ ਵੀ ਮੈਂ ਵੀ ਐਜ਼ ਅ ਪੱਤਰਕਾਰ ਐਜ਼ ਅ ਗੁੱਡ ਹਿਊਮਨ ਬੀਇੰਗ ਮੈਂ ਵੀ ਰਾਈਟ ਮੰਗਦਾ ਵੀ ਐਜ਼ ਜੀ ਪੀ ਸੀ ਚੰਗੇ ਬੰਦੇ ਚੁਣ ਕੇ ਆਣੇ ਚਾਹੀਦੇ ਤਾਂ ਇਟ ਮੀਨਸ ਕਿ ਮੈਂ ਕਹਾਂ ਵੀ ਮੈਨੂੰ ਵੋਟਿੰਗ ਦਾ ਰਾਈਟ ਨੋ ਇਫ ਯੂ ਆਰ ਸਿੱਖ
you can that is the point that. That is the point and you Sikh, have to be a Sikh, Sikh you have to be a Keshatari Sikh that is settled by Rahmat or the Patit. What is the issue? If you are not a Keshatari, you are not a Sikh, then ek hor main and if you are a Patit, then you are right, you are claiming the right as a Patit. Tusi keh rahe main Patit hai, mainu fair vi right do. Ek Keshi ta hogi na, matlab har chit vi meri te Pat vi meri hai. Jadon jadon mere Patit Pune te question aayega ta main kahanga ji mainu bande change chunne hai ke nahi, is waste main right mang rahe hain. Idhar parameter sara saade te la ditta. Nahi tusi keh rahe ho jehde thode bahut parameter ne oh vi la do. Tusi keh rahe ho ohda parameter ਇਸ ਵਾਸਤੇ ਜਿਹੜੇ ਥੋੜੇ ਬਹੁਤ ਬਚਦੇ ਨੇ ਪੈਰਾਮੀਟਰ ਉਹ ਵੀ ਹਟਾ ਦੋ. ਇਜ਼ ਇਟ ਅ ਰਾਈਟ ਫੁੱਲ ਵਧਾਉਣਾ ਹੈ ਜੇ ਸਿੱਖੀ ਦਾ ਕਲਾਵਾ ਵਧਾਉਣਾ ਹੈ ਤਾਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ. ਇਹ ਕੁਝ ਨਹੀਂ ਮੰਗਦੇ, ਇਹ ਕੁਝ ਨਹੀਂ ਮੰਗਦੇ, ਨਾਲ ਤੁਰਨਗੇ. ਮੈਂ ਦੱਸ ਰਿਹਾ ਜੀ ਨਾਲ ਜੇ ਗੱਲ ਕਰਨੀ ਚਾਹੁੰਦਾ ਇਹਨਾਂ ਨੂੰ ਕੱਟ ਕੇ ਪਰੇ ਕਰੋ. ਨਹੀਂ ਰਾਣੂ ਜੀ, ਦੋ ਤਿੰਨ ਗੱਲਾਂ. ਪਹਿਲੀਆਂ ਗੱਲਾਂ ਤੁਸੀਂ ਕਹੀਆਂ ਕਿ ਉਹ ਤਿੰਨ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਉਹਨੂੰ ਤੁਸੀਂ ਕਰ ਲਓ ਤੇ ਬਹੁਤ ਚੰਗਾ ਹੋ ਜਾਏ. ਉਹ ਵੀ ਜਿਹੜਾ ਉਹਦਾ ਨਜ਼ਰ ਨਹੀਂ ਆਉਂਦਾ ਕਿਸੇ ਵੀ ਚੀਜ਼ ਨੂੰ ਦੇਖਣ ਦੇ, ਖਾਸ ਕਰਕੇ ਧਾਰਮਿਕ ਗਾਣਿਆਂ 'ਚ. ਮੇਰੀ ਕੋਈ ਗਲਤ ਨਹੀਂ ਢੰਗ ਨਾਲ, ਮੈਂ ਤੁਹਾਨੂੰ ਦੱਸ ਰਿਹਾ. ਨਹੀਂ ਮੈਂ ਦੱਸ ਤੁਹਾਡੇ ਗੱਲ ਦਾ ਜਵਾਬ ਦੇ ਰਿਹਾ. ਤਿੰਨ ਗੱਲਾਂ ਕਹੀਆਂ ਗਈਆਂ, ਦੀਦਾਰ, ਗੁਫਤਾਰ ਤੇ ਕਿਰਦਾਰ. ਪਹਿਲਾਂ ਹੁੰਦਾ ਦੀਦਾਰੀ ਤੌਰ ਦੇ ਉੱਤੇ ਦੇਖੋ ਉਸ ਬੰਦੇ ਨੇ, ਉਹਦਾ ਚਿਹਰਾ ਸਹੀ ਹੈ, ਸਾਬਤ ਸੂਰਤ ਹੈ, ਟ੍ਰਿਮਿੰਗ ਤੇ ਨਹੀਂ ਕੀਤੀ, ਸ਼ੇਵਿੰਗ ਤੇ ਨਹੀਂ ਕੀਤੀ. ਦੀਦਾਰ ਗੁਫਤਾਰ ਹੈ, ਗੱਲਬਾਤ ਤੋਂ ਪਤਾ ਲੱਗੇਗਾ ਭਾਈ ਤੂੰ ਅੰਮ੍ਰਿਤ ਛੱਕਿਆ ਨਹੀਂ ਛੱਕਿਆ, ਉਹਨੂੰ ਡਿਕਲਰੇਸ਼ਨ ਹੁੰਦਾ. ਤੀਜੀ ਕਿਰਦਾਰ ਹੈ, ਉਹਨੂੰ ਤੇ ਅੰਦਰ ਦੀ ਚੀਜ਼ ਹੈ, ਨਾ ਕੋਈ ਪੈਮਾਨਾ ਨਾ ਕੋਈ ਮੀਟਰ ਹੈ. ਧਾਰਮਿਕ ਖੇਤਰ ਦੇ ਵਿੱਚ ਉਹਦੀ ਅੰਦਰ ਦੀ ਕਾਨਸ਼ੀਅਸ ਕਾਊਂਟ ਕਰਦੀ ਹੈ. ਦੂਸਰੀ ਗੱਲ ਰਹਿ ਗਈ, ਤੁਸੀਂ ਇਹ ਗੱਲ ਕਹਿ ਰਹੇ ਹੋ ਕਲਾਵਾ ਵਧਾਓ, ਇਹ ਗੱਲ ਤੁਸੀਂ ਕਹੀ ਹੈ ਕੇਸਾਂ ਦੀ ਅਗਰ ਸ਼ਰਤ ਹਟਾ ਦਿਓ ਤੇ ਬੜੀ ਵੱਡੀ ਜਿਹੜੀ ਨਹੀਂ ਨਹੀਂ ਜੋ ਵੱਧ ਜਾਏ ਕਲਾਵਾ ਵੱਧ ਜਾਏ, ਫਿਰ ਤੇ ਇੱਦਾਂ ਕਰੋ ਚਾਰ ਕੁਰਾਇਤਾਂ ਹੈਗੀਆਂ ਆਪਣੀ, ਹਲਾਲ ਦੀ ਹੈ, ਪਰਤਨਗਾਮੀ ਦੀ ਹੈ, ਜਾਂ ਜਿਹੜੀ ਤੰਬਾਕੂ ਦੀ ਹੈ. ਮੇਰਾ ਖਿਆਲ ਹੈ ਚਾਰੋਂ ਹਟਾ ਦਿਓ, ਦੇਖੋ ਸਿੱਖੀ ਸਾਰੀ ਦੁਨੀਆ 'ਚ ਫੈਲ ਜਾਏਗੀ, ਫਿਰ ਤਾਂ ਗੱਲ ਹੀ ਨਹੀਂ ਰਹੇਗੀ, ਕਮੀ ਨਹੀਂ ਰਹੇਗੀ. ਬੰਦਾ ਸੇਜੇ ਪਵੇ ਵਿੱਚ ਬੰਦੀ, ਬੰਦੇ ਦੇ ਉੱਤੇ ਬੰਦਿਸ਼ਾਂ ਲੰਘਣਗੀਆਂ. ਧਾਰਮਿਕ ਤੌਰ ਦੇ ਉੱਤੇ ਬੰਦਿਸ਼ਾਂ ਲੱਗਦੀਆਂ ਹੀ ਲੱਗਦੀਆਂ, ਬੰਦਾ ਹੀ ਹੋਈ ਹੈ ਜਿਹਦੇ ਬੰਦਿਸ਼ ਹੈ, ਜਿਹਦੇ 'ਤੇ ਬੰਦਿਸ਼ ਨਹੀਂ ਉਸ ਤੋਂ ਬਾਹਰ ਹੈ. ਤੁਸੀਂ ਇੱਕ ਲਫ਼ਜ਼ ਬਾਰ ਬਾਰ ਵਰਤ ਰਹੇ ਹੋ, ਰਾਈਟ ਨਹੀਂ ਦੇ ਰਹੇ, ਰਾਈਟ ਨਹੀਂ ਦੇ ਰਹੇ. ਐਕਟ ਦੇ ਵਿੱਚ ਰਾਈਟ ਨਹੀਂ ਹੈਗਾ, ਉਹਦੇ 'ਚ ਕੁਆਲੀਫਿਕੇਸ਼ਨ ਹੈ. ਦੋਨਾਂ 'ਚ ਫਰਕ ਹੈ, ਪਰਿਭਾਸ਼ਾ ਦੇ ਦਿੱਤੀ, ਸਿੱਖ ਇਹ ਹੈ, ਸਿੱਖ ਦੀ ਪਰਿਭਾਸ਼ਾ 'ਚ ਤੁਸੀਂ ਹੈਗੇ ਹੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ. ਪਰ ਜੇ ਤੁਸੀਂ ਵੋਟਰ ਬਣਨਾ, ਫਿਰ ਤੁਸੀਂ ਉਹ ਕੁਆਲੀਫਿਕੇਸ਼ਨ ਪੂਰੀ ਕਰਨੀ ਪਏਗੀ. ਉਹਦੇ 'ਚ ਵਰਡ ਹੈਗਾ, ਉਹਦੇ 'ਚ ਵਰਡ ਹੈ ਕੁਆਲੀਫਿਕੇਸ਼ਨ ਆਫ ਏ ਵੋਟਰ. ਅਗਰ ਉਹਦੇ 'ਚ ਤੁਹਾਨੂੰ ਧਾਰਮਿਕ ਤੌਰ 'ਤੇ ਕੋਈ ਮਤਲਬ ਹੀ ਨਹੀਂ ਹੈਗਾ, ਤੁਹਾਡੇ ਜਿਹੜੀ ਡੈਫੀਨੇਸ਼ਨ ਆਫ ਸਿੱਖ ਪਤਤ ਦੂਜੀ ਤੀਜੀ ਉਹ ਇੱਕ ਪਾਸੇ ਚਲੀ ਗਈ. ਜਿਹੜੀ ਤੁਸੀਂ ਸਿਰਫ ਇਹ ਗੱਲ ਕਹਿ ਰਹੇ ਹੋ ਕਿ ਮੈਨੂੰ ਅਗਰ ਵੋਟਿੰਗ ਰਾਈਟ ਮਿਲ ਜਾਣ, ਮੈਂ ਕੇਸ ਰੱਖ ਲਵਾਂਗਾ, ਤੇ ਉਹ ਵੋਟਿੰਗ ਕੁਆਲੀਫਿਕੇਸ਼ਨ ਹੈ. ਅੱਜ ਵੀ ਸਹਿਜਧਾਰੀ ਤੇ ਅੱਜ ਇਸ ਚੀਜ਼ ਨੂੰ ਤੁਸੀਂ ਡਿਫੈਂਡ ਕਰ ਰਹੇ ਹੋ, ਉਹ ਸ਼ਾਇਦ ਸਹਿਜਧਾਰੀ ਸਿੱਖ ਦੇ ਨਾਲ ਨਹੀਂ ਉਹਨਾਂ ਤਾਲੁਕ ਰੱਖਦੀ, ਬਲਕਿ ਮੇ ਬੀ ਯੂ ਟ੍ਰਾਇੰਗ ਟੂ ਡਿਫੈਂਡ ਪਤਿਤ ਰਾਈਟਸ ਆਫ ਕੁਆਲੀਫਿਕੇਸ਼ਨ ਪਤਿਤ ਕਰ ਰਹੇ ਹਾਂ ਉਹਨੂੰ. ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਪਤਿਤ ਕਹਿਣ ਦੀ ਬਜਾਏ ਇਹ ਸਿੱਖੀ ਦਾ ਉਹ ਅੰਗ ਨੇ, ਤੇ ਸਹਿਜਧਾਰੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ. ਪਤਿਤ ਕਹਿ ਕੇ ਉਹਨਾਂ ਨੂੰ ਦਰਕਾਰਨ ਦੀ ਲੋੜ ਨਹੀਂ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ. ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਹਾਂ. ਤੁਸੀਂ ਦਾੜੀ ਕੇ ਚਲੋ, ਇਹਨਾਂ ਨੇ ਸਹਿਜਧਾਰੀ ਦੇ ਪਤਿਤ ਇੱਕ ਹੀ ਕਰਤੇ ਨੇ ਹੁਣ. ਇੱਕ ਮਿੰਟ, ਦਾੜੀ ਕੱਟਣ ਵਾਲਾ ਸਿੱਖ ਨਹੀਂ, ਦਾੜੀ ਬੰਨਣ ਵਾਲਾ ਸਿੱਖ ਨਹੀਂ. ਮਾਫ ਕਰਨਾ, ਮੈਂ ਕਹਿ ਬੈਠਾ ਕਿ ਦੋਨੋਂ ਸਾਡੇ ਗੁਰਸਿੱਖ ਆਗੂ ਬੈਠੇ ਨੇ, ਦਾੜੀ ਬੰਨੀ ਹੋਈ, ਇਹਨਾਂ ਨੂੰ ਵੀ ਸਿੱਖ ਨਹੀਂ ਮੰਨਦੇ, 19-19 ਕਹਿੰਦੇ ਇੱਕ ਬਰਾਬਰ. ਹੁਣ ਕਹਿਣ ਤੋਂ ਭਾਵੇਂ ਤੁਸੀਂ ਕਹਿ ਸਕਦੇ ਹੋ ਮੈਂ ਤੇਜ ਕਿਧਰੇ ਨਹੀਂ, ਨਹੀਂ ਨਹੀਂ ਇਹ ਕਹਿੰਦੇ, ਸਾਰੇ ਕਹਿੰਦੇ ਆ. ਤੇ ਜਿਹੜਾ ਥੋੜਾ ਜਿਹਾ ਸੋਹਣਾ ਲੱਗਣ ਲਈ ਮੂੰਹ ਕਾਲਾ ਕਰ ਲੈਂਦਾ, ਯਾਨੀ ਡਾਈ ਕਰ ਲੈਂਦਾ, ਤੇ ਉਹ ਵੀ ਸਿੱਖ ਨਹੀਂ. ਜਿਹੜਾ ਪਲੱਕਿੰਗ ਕਰ ਲੈਂਦੀ ਹੈ ਲੇਡੀ ਜਾਂ ਬਿਊਟੀ ਪਾਰਲਰ ਜਾਂਦੀ, ਉਹ ਵੀ ਸਿੱਖ ਨਹੀਂ. ਤੁਸੀਂ ਦੇਖੋ ਬਾਰ ਬਾਰ ਇਹ ਕਹਿਣਾ ਵੀ ਸਿੱਖ ਨਹੀਂ, ਸਿੱਖ ਨਹੀਂ, ਇਹ ਤੁਸੀਂ ਪ੍ਰੋਵੋਕ ਕਿਉਂ ਕਰ ਰਹੇ ਹੋ? ਜਸਟ ਯੂ ਹੈਵ ਯੂ ਮੇ ਹੈਵ ਅ ਵੈਲਿਡ ਰਾਈਟ, ਤੇ ਤੁਹਾਡਾ ਵੈਲਿਡ ਰਾਈਟ ਹੈ, ਅਦਾਲਤ ਦੇ ਵਿੱਚ ਮਾਮਲਾ ਹੈਗਾ, ਪਰ ਤੁਸੀਂ ਕਹੋ ਜੀ ਤੁਸੀਂ ਸਿੱਖੀ ਦਾ ਰਿਲੀਟੀਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ. ਦੇਖੋ ਗਰਾਊਂਡ ਗਰਾਊਂਡ ਰਿਐਲਿਟੀ ਕਰਨਾ ਪਏਗਾ. ਇਹ ਤਾਂ ਗੱਲ ਇਹ ਹੋਈ ਕਿ ਉਹ ਐਕਟ ਕਹਿ ਰਿਹਾ, ਰਹਿਤ ਮਰਿਆਦਾ ਕਹਿ ਰਿਹਾ, ਸਾਰੇ ਕਹਿ ਰਹੇ ਆ ਕਿ ਤੁਸੀਂ ਸਿੱਖੋ ਪਤਿਤ ਸਿੱਖੋ. ਆਪਣੇ ਕਹਿ ਰਿਹਾ ਨਹੀਂ 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 ਤੁਸੀਂ ਸਾਨੂੰ ਬਾਹਰ ਕੱਢਦਾ ਨਹੀਂ, ਕੱਢਿਆ ਬਿਲਕੁਲ ਸਾਰੇ ਕਹਿ ਨਹੀਂ ਨਹੀਂ ਤੁਸੀਂ ਸਾਨੂੰ ਬਾਹਰ ਕੱਢਦਾ, ਵੋਟ ਪਾਉਣ ਨਹੀਂ ਦਿੰਦੇ ਤੁਸੀਂ ਸਾਨੂੰ ਬਾਹਰ ਕੱਢਦਾ, ਪੇਸ਼ ਹੋ ਜਾਓ, ਨਾ ਸਾਨੂੰ ਐਡਮਿਸ਼ਨ ਲੈਣ ਦਿੰਦੇ ਹੋ, ਨਾ ਸਾਨੂੰ ਵੋਟ ਪਾਉਣ ਦਿੰਦੇ ਹੋ, ਫਿਰ ਤੁਸੀਂ ਬਾਹਰ ਕੱਢਿਆ ਹੋਰ ਕੀ? ਕੁਆਲੀਫਿਕੇਸ਼ਨ ਜਿਹੜੀ ਹੈ ਨਾ ਪੂਰੀ ਕਰਨੀ ਪਈ, ਕੁਆਲੀਫਿਕੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਈਆਂ. ਅਸਲੀ ਗੱਲ ਤਾਂ ਇਹ ਆ ਆਪਣੇ ਫਾਇਦੇ ਲਈ ਕੁਆਲੀਫਿਕੇਸ਼ਨ ਬਣਾ ਲਈਆਂ, ਗੁਰਦੁਆਰਾ ਤੇ ਕਾਬਜ਼ ਹੋਣ ਲਈ ਕੁਆਲੀਫਿਕੇਸ਼ਨ ਬਣਾ ਲਈਆਂ, ਕੁਆਲੀਫਿਕੇਸ਼ਨ ਰੱਬ ਨੇ ਤਾਂ ਨਹੀਂ ਬਣਾਈਆਂ. ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੋ ਕਿ ਕੁਆਲੀਫਿਕੇਸ਼ਨ ਬਣੀ ਹੋਈ ਹੈ ਕਿ ਤੁਸੀਂ ਵੋਟ ਨਹੀਂ ਪਾਣੀ ਜਾਂ ਗੁਰਦੁਆਰਾ ਤੇ? ਇਹ ਗੱਲਾਂ ਤੁਸੀਂ ਜਿੰਨੀਆਂ ਮਰਜ਼ੀ ਕਰੀ ਜਾਂਦੇ ਕਿ ਇਹ ਚੀਜ਼ਾਂ ਤੁਸੀਂ ਥੋੜਾ ਜਿਹਾ ਆਪਣੇ ਜੇ ਗੁਰਦੁਆਰਿਆਂ ਤੇ ਕਾਬਜ਼ ਹੋਣ ਦੇ ਵਾਸਤੇ ਜੇਕਰ ਤੁਸੀਂ ਦੇਖੋ ਐਕਟ 1925 ਦਾ ਬਣਿਆ ਵਾ, ਰਹਿਤ ਮਰਿਆਦਾ ਕਦੋਂ ਦੀ ਬਣੀ ਹੋਈ ਆ, ਉਹ ਗੁਰਦੁਆਰਿਆਂ ਦੇ ਕਾਬਜ਼ ਹੋਣ ਦੇ ਵਾਸਤੇ. ਤੇ ਫਿਰ ਜੇ ਬਣੀ ਆਈ ਹੈ ਤਾਂ ਫਿਰ ਤੁਸੀਂ ਵੋਟਿੰਗ ਰਾਈਟ ਵੀ ਤਾਂ 1944 ਤੋਂ ਪਹਿਲਾਂ ਵੀ ਨਹੀਂ ਤੁਹਾਡਾ, ਅੱਜ ਕਿਉਂ ਚੇਂਜ ਕਰ ਰਹੇ ਹੋ? ਰਾਣੂ ਜੀ ਗੱਲ ਦੱਸੋ, ਤੁਸੀਂ ਚੇਂਜ ਕਰਨ ਦੀ ਕੀ ਲੋੜ? ਤੁਸੀਂ ਬਾਰ-ਬਾਰ ਇੱਕ ਗੱਲ ਕਹੀ ਕਿ ਪਿਛਲੇ 50 ਸਾਲ ਤੋਂ ਮਿਲਿਆ ਹੋਇਆ ਸੀ ਸਹਿਜਧਾਰੀਆਂ ਨੂੰ. ਪੰਜਾਬ ਵਿੱਚ ਕਿਹੜਾ ਸਹਿਜਧਾਰੀ ਸੀਗਾ?
ਮਹਾਨ ਕੋਸ਼ ਦੇ ਵਿੱਚ ਸਹਿਜਧਾਰੀ ਸਿੱਖ ਦੀ ਜਿਹੜੀ ਤਸਵੀਰ ਦਿੱਤੀ ਹੈ, ਸਹਿਜਧਾਰੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਕਿੱਦਾਂ ਦਾ ਹੁੰਦਾ ਹੈਗਾ, ਉਹ ਉਹਨਾਂ ਨੇ ਉਹ ਬਕਾਇਦਾ ਕੀਤਾ ਔਰ ਉਸੇ ਬੇਸ ਤੇ ਕੀਤਾ ਜਿਹੜੇ ਰਹਿਤਨਾਮੇ ਔਰ ਉਹਨਾਂ ਦੇ ਹੈਗੇ ਆ ਕਿ ਉਹ ਸਹਿਜਧਾਰੀ ਸੀ ਜਿਹੜੇ ਕੇਸਾਂ ਨੂੰ ਸਾਬਤ ਰੱਖਦਾ, ਚਿਹਰੇ ਦੇ ਕੇਸ ਨਹੀਂ ਸੀ ਲਵਾਉਂਦਾ, ਉਹਦੀ ਤਸਵੀਰ ਸੀਗੀ। ਕਦੀ ਵੀ ਹੁਣ ਵਰਚੁਅਲੀ ਜਿਹੜਾ ਹੈਗਾ ਉਹ ਸਹੀ ਕਹਿ ਰਹੇ ਆ ਜਿਹੜੇ ਉਹ, ਜਿਸ ਕਰਕੇ 1973 ਦਾ ਜਿਹੜਾ ਮਤਾ ਹੈ ਕਿ 47 ਤੋਂ ਪਹਿਲੇ ਸਹਿਜਧਾਰੀ ਹੁੰਦੇ ਸੀ, ਹੁਣ ਨਹੀਂ ਹੈਗੇ, ਇਹ 47 ਤੋਂ ਬਾਅਦ ਨਹੀਂ ਹੈਗੇ। ਸੋ ਤੁਸੀਂ ਕਹਿਣਾ ਕਿ ਉਹਨਾਂ ਦੇ ਰਾਈਟ ਸਾਨੂੰ ਮਿਲੇ ਹੋਏ ਸੀ, ਉਹ ਖੋਲੇ ਗਏ, ਇਹ ਮੇਰਾ ਖਿਆਲ ਹੈ ਮਿਸਨੋਮਰ ਹੈ, ਇਹ ਗਲਤ ਹੈ। ਤੁਸੀਂ ਦੱਸੋ ਕਿਹੜਾ ਸਹਿਜਧਾਰੀ ਸੀ ਜਿਹੜਾ, ਦੇਖੋ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਬਣਾ ਲਏ, ਇਹਨਾਂ ਨੂੰ ਛੱਡੋ, ਸ਼੍ਰੋਮਣੀ ਕਮੇਟੀ ਨੂੰ ਛੱਡ ਦਿਓ, ਸਿੱਖ ਰਹਿਤ ਮਰਿਆਦਾ ਪੰਥ ਦੀ ਹੈ 1925 ਤੋਂ ਹੋ ਕੇ, ਮਗਰ ਇਹ ਤੁਸੀਂ ਦੇਖੋਗੇ ਕਿ 1880 ਵਿੱਚ ਭਾਈ ਕਾਨ ਸਿੰਘ ਜੀ ਦਾ ਬਣਿਆ ਜਿਹੜਾ, ਜਾਂ ਉਸ ਤੋਂ ਬਾਅਦ ਦਾ 1912 ਦਾ ਜਿਹੜਾ ਹੈਗਾ, ਉਹ ਸਾਰੀਆਂ ਦੇ ਵਿੱਚ ਪੁਰਾਣੇ ਰਹਿਤਨਾਮੇ 'ਚ ਉਹੀ ਕਲੋਜ਼ ਹੈ ਜਿਹੜੀਆਂ ਇਹਦੇ 'ਚ ਹੈ, ਇਹਨਾਂ ਨੇ ਰੀਕੋਡੀਫਾਈ ਕੀਤਾ, ਉਹਨਾਂ ਨੇ ਕੋਈ ਤਬਦੀਲ ਨਹੀਂ ਕੀਤਾ, ਪਰ ਉਹਨਾਂ ਦੇ ਮੁਤਾਬਕ ਵੀ ਜਿਹੜੀ ਪਰਿਭਾਸ਼ਾ ਸੀ ਉਹ ਸਹਿਜਧਾਰੀ ਉਹੀ ਸੀ। ਉਹ ਤਸਵੀਰ ਦਿਖਾ ਰਹੇ ਅਗਰ ਉਹ, ਹਾਂਜੀ, ਅਗਰ ਉਹ ਤਸਵੀਰ ਜਿਹੜੀ ਹੈਗੀ ਆ ਉਹਦੇ ਮੁਤਾਬਕ ਸਹਿਜਧਾਰੀ ਜਿਹੜੇ ਹੁੰਦੇ ਸੀ, ਹੁਣ ਉਹ ਕਹਿੰਦੇ ਨਹੀਂ ਹੈ। ਅਤੇ ਜੇ ਅਗਰ ਕੋਈ ਹੈਗਾ, ਅਗਰ ਕੋਈ ਹੈਗਾ ਉਹਦੀ ਕੋਈ ਗੱਲ ਕੀਤੀ ਹੈ, ਉਹ ਕੋਈ ਬੋਲ ਨਹੀਂ ਰਿਹਾ, ਕੋਈ ਵੀ ਨਹੀਂ ਬੋਲ ਰਿਹਾ। ਮੈਂ ਤਾਂ ਉਹੀ ਗੱਲ ਕਹਾਂਗਾ, ਮੈਂ ਫਿਰ ਦੁਬਾਰਾ ਰਿਪੀਟ ਕਰਦੇ ਹਾਂ, ਮੈਂ ਇੱਕ ਗੱਲ ਤੁਹਾਨੂੰ ਰਿਪੀਟ ਕਰਦੇ ਹਾਂ, ਮੈਨੂੰ ਤਾਂ ਉਹ ਹਾਸੋਹੀਣੀ ਹਾਲਤ ਲੱਗਦੀ ਹੈ। ਉਹ ਇੱਕ ਅਮਲੀ ਸੀਗਾ ਜਾ ਰਿਹਾ ਸਾਈਕਲ ਦੇ ਉੱਤੇ, ਅਤੇ ਉਹ ਕਿਧਰੇ ਉਹ ਕਿਸੇ ਦੀ ਲਾਸ਼ ਲਈ ਜਾ ਰਹੇ ਸੀ, ਉਹਨੇ ਜਾ ਕੇ ਸਾਈਕਲ ਵਿੱਚ ਮਾਰੀ, ਉਹ ਡਿੱਗ ਪਿਆ, ਅਤੇ ਉਹ ਮੁਰਦਾ ਉੱਧਰ ਡਿੱਗ ਪਿਆ, ਇਹਨੂੰ ਕੁੱਟਣ ਲੱਗ ਪਏ, ਅਤੇ ਉਹ ਥੋੜ੍ਹੀ ਦੇਰੀ ਬਾਅਦ ਥੋੜ੍ਹੀ ਜਿਹੀ ਹੋਸ਼ ਆਈ, ਕਹਿੰਦਾ ਜਿਹੜਾ ਤਾਂ ਡਿੱਗਾ ਉਹ ਬੋਲਦਾ ਨਹੀਂ ਪਿਆ, ਤੁਸੀਂ ਜਿਹੜੇ ਰੋਲਾ ਪਾਈ ਜਾ ਰਹੇ ਹੋ, ਸਹਿਜਧਾਰੀ ਕੋਈ ਬੋਲ ਨਹੀਂ ਰਿਹਾ, ਤੁਸੀਂ ਕਹਿ ਰਹੇ ਹੈਗੇ ਹੋ ਕਿ ਸਾਨੂੰ 50 ਸਾਲ ਦਾ ਰਾਈਟ ਮਿਲਿਆ, ਉਹਨਾਂ ਦੀ ਆੜ ਥੱਲੇ ਤੁਸੀਂ ਕਿਉਂ ਵਿਚਾਉਣਾ ਚਾਹੁੰਦੇ ਹੋ, ਕਿਉਂ ਨਹੀਂ ਆਉਣਾ ਚਾਹੁੰਦੇ, ਕਿਉਂ ਨਹੀਂ ਆ ਸਕਦੇ? ਮੈਂ ਦੱਸ ਦਿੰਦਾ ਸਪਸ਼ਟ ਤੌਰ ਦੇ ਉੱਤੇ, ਬਿਲਕੁਲ ਨਹੀਂ ਆਉਣੇ ਚਾਹੀਦੇ ਤੁਹਾਡੇ ਵਰਗੇ। ਕਾਰਨ ਹੈ, ਰੋਜ਼ ਅਰਦਾਸ ਕਰਦੇ ਹਾਂ ਨਾ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ, ਜੇ ਖਾਲਸਾ ਨਹੀਂ ਹੋਏਗਾ, ਜੀ ਉਹਦੇ ਵੋਟਰ ਹੋਣਗੇ, ਹਾਂ ਅਗਰ ਉਹਦੇ 'ਚ ਕਮੀਆਂ ਹੈ ਉਹਨਾਂ ਨੂੰ ਕਰੋ ਆਬਜੈਕਸ਼ਨ, ਠੀਕ ਕਰੋ। ਪਟਨਾ ਸਾਹਿਬ ਦੇ ਵਿੱਚ ਵੋਟਰ ਦੀ ਕੁਆਲੀਫਿਕੇਸ਼ਨ ਅੰਮ੍ਰਿਤਧਾਰੀ ਹੈ, ਪਟਨਾ ਸਾਹਿਬ ਵਿੱਚ ਵੋਟਰ ਦੀ ਕੁਆਲੀਫਿਕੇਸ਼ਨ ਅੰਮ੍ਰਿਤਧਾਰੀ ਹੈ, ਤੁਸੀਂ ਇੱਥੇ ਕਰਾਓ, ਉਹਨਾਂ 'ਤੇ ਕੁਆਲੀਫਿਕੇਸ਼ਨ ਹੋਰ ਲਾਓ, ਪਰ ਉਹ ਕੁਆਲੀਫਿਕੇਸ਼ਨ ਹੈ, ਉਹ ਸਿੱਖ ਨਹੀਂ ਹੈ। ਸਾਹਿਬ ਤੁਸੀਂ ਫੋਰਨ ਜਾ ਕੇ ਆਏ ਹੋ, ਤੁਸੀਂ USA ਦੇ ਵਿੱਚੋਂ ਆਏ ਹੋ, ਤੁਸੀਂ ਐਂ ਦੱਸੋ, ਤੁਸੀਂ ਉੱਥੇ ਦੇਖਦੇ ਹੋਵੋਗੇ ਕਿ ਬਹੁ ਗਿਣਤੀ ਜਿਹੜੀ ਹੈ ਉਹ ਸਾਡੇ ਵਰਗੇ ਸਿੱਖਾਂ ਦੀ ਹੈ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ, ਪਰ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਉਹਨਾਂ ਨੂੰ, ਅਸੀਂ ਤਾਂ ਤੁਹਾਨੂੰ ਫੇਰ ਵੀ ਰਾਈਟ ਦਿੰਨੇ ਆ ਕਿ ਤੁਸੀਂ ਦੇਖ ਸੰਭਾਲ ਤੁਸੀਂ ਕਰੋ, ਕਿਉਂਕਿ ਤੁਸੀਂ ਪੱਕੇ ਸਿੱਖ ਹੋ, ਅਸੀਂ ਤਾਂ ਚਲੋ ਨਹੀਂ, ਮੈਂ ਤੇ ਲੇਕਿਨ ਮੈਂ ਤੇ ਵੋਟਰ ਵੀ ਨਹੀਂ ਹੈ। ਅਗਰ ਤੁਸੀਂ ਕਹਿ ਦੋ ਕਿ ਯਾਰ ਇਹਨਾਂ ਨੂੰ ਚੁਣਨ ਦਾ ਵੀ ਹੱਕ ਨਹੀਂ ਹੈਗਾ, ਇਹਨਾਂ ਨੂੰ ਦਾਖਲੇ ਲੈਣ ਦਾ ਵੀ ਹੱਕ ਨਹੀਂ, ਇਹ ਮੈਂ ਨਹੀਂ ਕਹਿ ਰਿਹਾ, ਕਿਉਂਕਿ ਜਿਹੜੀ ਅਰਦਾਸ ਤੁਸੀਂ ਪੜਦੇ ਹੋ ਰੋਜ਼, ਇਹ ਕੋਈ ਇਹ ਵਿਤਕਰਾ, ਦੇਖੋ ਗੱਲ ਸੁਣੋ, ਬਹੁਤ ਵੱਡਾ ਵਿਤਕਰਾ, ਤੁਸੀਂ ਇਹਨੂੰ ਵਿਤਕਰਾ ਕਹਿ ਰਹੇ ਹੋ, ਬਹੁਤ ਵੱਡਾ। ਸਵਾਲ ਇਹ ਹੈਗਾ ਕਿ ਤੁਸੀਂ ਰੋਜ਼ ਰਾਣੂ ਸਾਹਿਬ ਤੁਸੀਂ ਰੋਜ਼ ਅਰਦਾਸ ਵਿੱਚ ਪੜਦੇ ਹੋ ਨਾ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ, ਹੁਣ ਖਾਲਸਾ ਜੀ ਜੇ ਉਹ ਤੁਸੀਂ ਗੁਰਦੁਆਰਿਆਂ ਦੀ ਦੇਖ ਸੰਭਾਲ ਲਈ, ਅਸੀਂ ਵੀ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੀ ਖਾਲਸਾ ਹੋਏ ਨਾ, ਪ੍ਰੋਪਰ ਹੋਏ, ਪ੍ਰੋਪਰ ਹੋਏ, ਪਰ ਉਹ ਜਿਹੜਾ ਚੁਣੇਗਾ ਆਪਣੇ ਵਰਗਾ ਹੀ, ਦੂਜਾ ਕਿੱਦਾਂ ਚੁਣ ਲੇਗਾ? ਸਾਨੂੰ ਚੁਣਨ ਦਾ ਅਧਿਕਾਰ ਹੋਊਗਾ ਤਾਂ ਅਸੀਂ ਕਮ ਸੇ ਕਮ ਦੇਖਾਂਗੇ ਕਿ ਕਿਹੜਾ ਵਿਅਕਤੀ ਹੈ ਜਿਹੜਾ ਉੱਥੇ ਵਧੀਆ, ਫਿਰ ਤੁਹਾਨੂੰ ਕੁਆਲੀਫਾਈ ਕਰਨਾ ਪਏਗਾ, ਉਹ ਜਿਹੜਾ ਉੱਥੇ ਅਗਰ ਇੱਕ ਗਰੁੱਪ ਇਕੱਠਾ ਹੋ ਜਾਵੇ, ਇਹਦਾ ਮਤਲਬ ਇਹ ਹੋ ਗਿਆ, ਇੱਕ ਧੜਾ ਇਕੱਠਾ ਹੋ ਗਿਆ, ਇੱਕ ਧੜਾ ਇਕੱਠਾ ਹੋ ਗਿਆ ਕਿ ਅਸੀਂ ਗੁਰਦੁਆਰੇ ਤੇ ਕਾਬਜ਼ ਹੋਣਾ ਹੈ। ਦੇਖੋ ਗੱਲ ਸੁਣੋ, ਉਹਨਾਂ ਨੇ ਆਪਣਾ ਉਸ ਦਾ ਵੋਟਰ ਲਿਸਟ ਬਣਾ ਲਈ, ਸਾਰਾ ਮੁੱਦਾ ਇਹ ਲੱਗ ਰਿਹਾ ਹੈ, ਤੁਹਾਡਾ ਤੁਹਾਡੀ ਸਾਰੀ ਲੜਾਈ ਦਾ ਮੁੱਦਾ ਇਹ ਲੱਗ ਰਿਹਾ ਹੈ, ਤੁਸੀਂ ਵੋਟਿੰਗ ਰਾਈਟ ਮੰਗਣਾ ਚਾਹੁੰਦੇ ਹੋ, ਹੋਰ ਕੁਝ ਨਹੀਂ ਹੈਗਾ, ਤੁਹਾਨੂੰ ਸਹਿਜਧਾਰੀ ਦੀ ਆੜ ਥੱਲੇ ਕਿ ਮੈਂ ਸਹਿਜਧਾਰੀ ਸਿੱਖ ਹਾਂ, ਮੈਨੂੰ ਰਾਈਟ ਹੈ, ਸਹਿਜਧਾਰੀਆਂ ਨੂੰ ਉਹਦੇ 'ਚ ਕਰ ਦਿੱਤਾ ਗਿਆ, ਪਤਿਤ ਨੂੰ ਪਹਿਲਾਂ ਹੀ ਮਨਾ ਸੀਗਾ, ਸਹਿਜਧਾਰੀ ਦੇ ਰੂਪ ਵਿੱਚ ਵੀ ਮਨਾ ਸੀ, ਪਰ ਤੁਸੀਂ ਹੁਣ ਦੇਖਿਆ ਕਿ ਤੁਹਾਨੂੰ ਸਿੱਧਾ ਮਿਲ ਨਹੀਂ ਸਕਦਾ, ਤੁਸੀਂ ਉਹ ਪਤ ਸਹਿਜਧਾਰੀ ਦਾ ਜਿਹੜਾ ਉਹ ਲੈ ਕੇ ਉਹ ਫਰੰਟ ਲੈ ਕੇ ਤੁਸੀਂ ਖੋਲਿਆ ਕਿ ਸਾਨੂੰ ਰਾਈਟ ਦੇ, ਅਸੀਂ ਆਪਣੇ ਅਸੀਂ ਵੀ ਉਨੀ ਸ਼ਰਧਾ ਰੱਖਦੇ ਹਾਂ, ਹੋ ਸਕਦਾ ਤੁਹਾਡੇ ਨਾਲ ਸਾਡੀ ਸ਼ਰਧਾ, ਰਾਣੂ ਜੀ ਅਮਰਧਾਰੀ ਸਿੰਘ ਨੇ ਹੀ ਕਾਬੂ, ਨਹੀਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਤੁਸੀਂ ਕਹਿੰਦੇ ਹੋ ਨਾ ਕਿ ਜਿੰਨੀ ਤੁਹਾਡੀ ਸ਼ਰਧਾ ਮੇਰੀ ਸ਼ਰਧਾ, ਮੇਰੇ ਵਿੱਚ ਹੋ ਸਕਦਾ ਤੁਹਾਡੇ ਤੋਂ ਕਈ ਜ਼ਿਆਦਾ ਕਮੀਆਂ ਹੋਣ, ਮੇਰੇ ਵਿੱਚ ਹੈਗੀਆਂ ਉਹ ਮੈਨੂੰ ਪਤਾ, ਪਰ ਇੱਕ ਗੱਲ ਹੈਗੀ ਹੈ, ਮੈਂ ਉਹਨਾਂ ਕਮੀਆਂ ਨੂੰ ਇੰਸਟੀਟਿਊਸ਼ਨਲਾਈਜ਼ ਨਹੀਂ ਬਣਾਵਾਂਗਾ,
मैं ये नहीं कहूंगा अगर मेरे विच कमी है उनू इंस्टीट्यूशनलाइज कर दिता जाए उनू जायज करार दे दिता जाए जे तुहाडे च कमी हैगी है उनू तुसी मन के तुसी उनू सही करो ना कि तुसी उसे सिद्धांत बदल दियो तुसी ये सिद्धांत बदलना चाहते हो तुसी कॉन्स्टिट्यूशन च बदलाव की गल कर रहे हो तुसी लैक मर्यादा बदल रहे हो इट इज टोटली लंबा साहब दस गल है ना ये सिद्धांत बदलना चाहते हैं ना कुछ और बदलना चाहते हैं ये तो सिर्फ वोटिंग राइट लेना चाहते हैं वो गल ही वो गल उठे आ गई वोटिंग राइट मिलेगा चोणा लिए बकायदा गुरुद्वारा कमिशन बेनती करांगे कि सानू इहदे च एनरोल किया जाए खास करके राणू साहब का स्टूडियो है फूलका साहब यू केम ऑल द वे फ्रॉम दिल्ली ते लांबा साहब तुहाडा भी बहुत बहुत धन्यवाद धार्मिक जी इंटरप्रिटेशन उन्होंने समझने के साथ दर्शकों की मदद की फीडबैक एट पीटीसी नैटवर्क डॉट टीवी सा मेल है सानू जरूर इस सजेशन इस माफखाना इस डिस्कशन बारे अपने विचार या अपनी जो भी फीडबैक है भेजो छोटे कमर्शियल ब्रेक के बाद साढ़े बने रहो खबर जुड़ते हैं।